वाहिगुरु जी सतनाम श्री वाहिगुरु साहिब जी एक ओंकार सतनाम करता पुरख निरभौ निर्वैर अकाल मूर्ता जुनी सैभं गुर प्रसाद जप आद सच जगाद सच है पी सच नानक होसी पी सच मैं बंदा वै खरीद सच साहिब मेरा जियो पिंड सब तिसदा सब किश है तेरा मान निमाने तू तनी तेरा परवासा बिन साचे अन टेक है सो जानो कचा सतसंग दिया भागां दे नाल मिलदिया कड़ियां सतसंग दिया कर्मां दे नाल मिलदिया सतसंग दिया भागां दे नाल मिलदिया कड़ियां सतसंग दिया कर्मां दे नाल मिलदिया कड़ियां सतसंग दिया ਕਰਮਾਂ ਦੇ ਨਾਲ ਮਿਲਦੀ ਪਾਗਾਂ ਦੇ ਨਾਲ ਕਰਮਾਂ ਦੇ ਨਾਲ ਮਿਲਦੀਆਂ ਪਾਗਾਂ ਦੇ ਨਾਲ ਮਿਲਦੀਆਂ ਕੜੀਆਂ ਸਤਸੰਗ ਦੀਆਂ ਭਾਗਾਂ ਦੇ ਨਾਲ ਕੜੀਆਂ ਸਤਸੰਗ ਦੀਆਂ ਕਰਮਾਂ ਦੇ ਨਾਲ ਮਿਲਦੀਆਂ
ਸਭ ਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਨਾਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਵਡ ਭਾਗੀ ਸਾਧ ਸੰਗ ਪ੍ਰਾਪਤ ਵਡ ਭਾਗੀ ਸਾਧ ਸੰਗ ਪ੍ਰਾਪਤ ਜਿਸ ਭੇਟਤ ਦੁਰਮਤ ਖੋਈ ਤਾਂ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਸਾਧੂਆਂ ਦਾ
ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਵੱਡੇ ਭਾਗੀ ਜੀ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਜੁਗੋ ਜੁਗ ਅਟਲ ਚਾਵਰ ਤਖਤ ਛਤਰ ਦੇ ਮਾਲਕ ਸ਼ਬਦ ਗੁਰੂ ਸਾਰੀ ਦੁਨੀਆ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵੱਡੇ ਭਾਗ ਹਨ ਆਪਾਂ ਸਾਰਿਆਂ ਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਪਾਵਨ ਅਤੇ ਨਿੱਘੀ ਗੋਦ ਦੇ ਵਿੱਚ ਬੈਠ ਕੇ ਕੁਝ ਸਮਾਂ ਗੁਰੂ ਘਰ ਦੀਆਂ ਗੁਰਮਤਿ ਦੀਆਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨ ਦਾ ਮਿਲਿਆ ਹੈ। ਸੋ ਰਾਜਸਥਾਨ ਦੀਆਂ ਖਾਸ ਕਰਕੇ ਗੰਗਾਨਗਰ ਦੇ ਇਲਾਕੇ ਦੀਆਂ ਸੰਗਤਾਂ ਨੇ ਉਦੋਂ ਵੀ ਵਿਸ਼ੇਸ਼ ਕਰਕੇ ਨਗਰ ਕਾਲੀਆਂ ਦੀ ਸੰਗਤ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ 3 ਦਿਨਾਂ ਦਾ ਗੁਰਮਤਿ ਸਮਾਗਮ ਰੱਖਿਆ ਸੀ। ਦਿਨ ਦੇ ਸਮੇਂ ਅੰਮ੍ਰਿਤ ਸੰਚਾਰ ਹੋਏ ਹੈ, ਬੇਅੰਤ ਸੰਗਤਾਂ ਅੰਮ੍ਰਿਤ ਛਕ ਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਸਜੀਆਂ ਬੈਠੀਆਂ ਨੇ। ਲਗਭਗ 250 ਦੇ ਕਰੀਬ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਵਡਮੁੱਲੀ ਦਾਤ ਪ੍ਰਾਪਤ ਕੀਤੀ ਹੈ। ਸਭ ਤੋਂ ਪਹਿਲਾਂ ਅਸੀਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਜਥੇ ਵੱਲੋਂ ਆਪਣੇ ਵੱਲੋਂ ਉਹਨਾਂ ਸੰਗਤਾਂ ਨੂੰ ਬਹੁਤ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਸਾਂਝ ਪਾਈ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ। ਸਾਧ ਸੰਗਤ ਇਹ ਹੈ ਗੁਰੂ ਘਰ ਦੇ ਵਿੱਚ ਦਾਖਲਾ। ਇਹਨੂੰ ਅੱਗੇ ਗੁਰਸਿੱਖ ਨੇ ਨਿਤਨੇਮ ਦੇ ਨਾਲ ਗੁਰ ਸ਼ਬਦ ਦੇ ਅਭਿਆਸ ਦੇ ਨਾਲ ਆਪਣੇ ਜੀਵਨ ਨੂੰ ਇੰਨਾ ਉੱਚਾ ਚੁੱਕ ਲੈਣਾ ਹੈ ਕਿ ਉਹਦਾ ਸਾਰਾ ਜਿਹੜਾ ਜੀਵਨ ਹੈ ਅੰਮ੍ਰਿਤਮਈ ਬਣ ਜਾਵੇ। ਮਨ ਚੰਗਾ ਹੋ ਗਿਆ, ਵਿਚਾਰ ਚੰਗੇ ਹੋ ਜਾਣਗੇ, ਸੰਸਕਾਰ ਚੰਗੇ ਹੋ ਜਾਣਗੇ, ਕਰਮ ਚੰਗੇ ਹੋ ਜਾਣਗੇ, ਜੀਵਨ ਚੰਗਾ ਹੋਜੂ। ਗੁਰੂ ਸਾਹਿਬ ਕਹਿੰਦੇ ਮਨ ਮੈਲਾ ਤਾਂ ਸਭ ਕੁਛ ਮੈਲਾ। ਅੱਖਾਂ ਦੀ ਗਲਤੀ ਨਹੀਂ, ਕੰਨਾਂ ਦੀ ਗਲਤੀ ਨਹੀਂ, ਜੀਭਾਂ ਦੀ ਗਲਤੀ ਨਹੀਂ, ਮਹਾਰਾਜ ਕਹਿੰਦੇ ਮਨ ਮੈਲਾ।
ਟੂਟੀਆਂ ਭਾਵੇਂ ਆਪਾਂ ਸੋਨੇ ਦੀਆਂ ਚਾਂਦੀ ਦੀਆਂ ਲਾ ਦਈਏ, ਜਿਹੜਾ ਟੈਂਕੀ ਦੇ ਵਿੱਚ ਪਾਣੀ ਹੈ, ਘੜੇ ਦੇ ਵਿੱਚ ਪਾਣੀ ਹੈ, ਬਾਹਰ ਤਾਂ ਉਹੀ ਨਿਕਲੇਗਾ ਨਾ। ਮਨ ਮੈਲਾ ਤਾਂ ਸਭ ਕੁਛ ਮੈਲਾ, ਬਾਹਰੋਂ ਜਿੰਨੇ ਮਰਜ਼ੀ ਚੰਗੇ ਬਣਨ ਦਾ ਯਤਨ ਕਰੀਏ, ਸੋਹਣੇ ਕੱਪੜੇ ਪਾਈਏ, ਸੋਹਣੇ ਲੱਗਣ ਦੀ ਕੋਸ਼ਿਸ਼ ਕਰੀਏ, ਜੇ ਸਾਡਾ ਮਨ ਸਾਫ ਨਹੀਂ ਹੈ, ਮਨ ਦੇ ਵਿੱਚੋਂ ਮੈਲ ਨਹੀਂ ਗਈ। ਮਹਾਰਾਜ ਕਹਿੰਦੇ ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਫਿਰ ਸਾਡੀਆਂ ਅੱਖਾਂ ਵੀ ਮਾੜਾ ਵੇਖਣਗੀਆਂ, ਸਾਡੀ ਜੀਭਾਂ ਵੀ ਮਾੜਾ ਬੋਲੇਗੀ, ਸਾਡੇ ਕੰਨ ਵੀ ਮਾੜਾ ਸੁਣਨਗੇ, ਸਾਡੇ ਹੱਥ ਵੀ ਮਾੜਾ ਕਰਨਗੇ, ਸਾਡੇ ਪੈਰ ਵੀ ਚੱਲ ਕੇ ਮਾੜੇ ਪਾਸੇ ਜਾਣਗੇ। ਸੋ ਕਹਿਣ ਤੋਂ ਭਾਵ ਹੈ ਅਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਬਚਨ ਕਰਦੇ ਹੈ, ਸੱਚੇ ਪਾਤਸ਼ਾਹ ਇੱਥੋਂ ਆਰੰਭ ਕਰਦੇ ਹੈ ਆਪਣੀ ਗੱਲ। ਉਹ ਇੱਛਾ ਕਿਹੜੀ ਜ਼ਾਹਰ ਕਰਦੇ ਹੈ? ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰ ਨਾਨਾ ਮਨ ਰਹੇ ਹਮਾਰਾ। ਇੱਛਾ ਜ਼ਾਹਰ ਕਰਦੇ ਹੈ ਕਿ ਇਹ ਅਕਾਲ ਪੁਰਖ ਤੇਰੇ ਚਰਨਾਂ ਦੇ ਨਾਲ ਮੇਰਾ ਮਨ ਲੱਗਿਆ ਰਵੇ, ਤੇਰੇ ਚਰਨਾਂ ਦੇ ਨਾਲ ਮੇਰਾ ਮਨ ਲੱਗਿਆ ਰਵੇ,
ਆ ਇੱਛਾ ਮਹਾਰਾਜ ਨੇ ਜ਼ਾਹਰ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੇਰੇ ਚਰਨਾਂ ਦੇ ਨਾਲੋਂ ਇੱਕ ਛਿਨ ਵੀ ਮੇਰਾ ਮਨ ਟੁੱਟੇ ਨਾ। ਕਈ ਵਿਚਾਰ ਕਰਦੇ ਹੁੰਦੇ ਹੈ, ਉਹ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਕਿਉਂ ਕਰਦੇ ਹੋ? ਸਿੱਖਾਂ ਨੂੰ ਪੁੱਛਦੇ ਹੈ, ਹੋਰ ਵੀ ਦੇਵੀ ਦੇਵਤੇ ਆਏ, ਪੀਰ ਪੈਗੰਬਰ ਆਏ, ਪਰ ਤੁਸੀਂ ਗੁਰੂ ਸਾਹਿਬ ਨੂੰ ਇੰਨਾ ਉੱਚਾ ਅਤੇ ਇੰਨੀ ਵਡਿਆਈ ਕਿਉਂ ਕਰਦੇ ਹੋ? ਸਾਧ ਸੰਗਤ, ਅਸੀਂ ਜਿਵੇਂ ਕੱਲ ਵੀ ਦੱਸਿਆ ਸੀ, ਸਿੱਖ ਆਪਣਾ ਨੁਕਸਾਨ, ਨਫਾ, ਘਾਟਾ, ਵਾਧਾ ਜਰ ਲੈਂਦਾ ਹੈ, ਪਰ ਗੁਰੂ ਦੇ ਖਿਲਾਫ ਬੋਲਿਆ ਹੋਇਆ ਇੱਕ ਵੀ ਵਚਨ, ਕਿਸੇ ਦੇ ਵੱਲੋਂ ਕੀਤੀ ਕੁਝ ਹੀ ਕਾਰਵਾਈ, ਕਦੇ ਵੀ ਸਾਧ ਸੰਗਤ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਇਹੋ ਹੀ ਕੁਝ ਜਿਹੜਾ ਮਈ ਦੇ ਮਹੀਨੇ ਦੇ ਵਿੱਚ ਵਾਪਰਿਆ ਸੀ, ਇੱਕ ਕੁਕਰਮੀ, ਇੱਕ ਸਾਧ ਸੰਗਤ ਗਿਰੇ ਹੋਏ ਇਨਸਾਨ ਦੇ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਨ ਦੀ ਕੋਸ਼ਿਸ਼ ਕੀਤੀ ਗਈ, ਅੰਮ੍ਰਿਤ ਦੀ ਮਰਿਆਦਾ ਦਾ ਮਜ਼ਾਕ ਉਡਾਉਣ ਦਾ ਉਹਨੇ ਸਾਧ ਸੰਗਤ ਕੋਝਾ ਯਤਨ ਕੀਤਾ, ਤੇ ਜਦੋਂ ਉਹਦਾ ਪਤਾ ਸਿੱਖ ਹਲਕਿਆਂ ਦੇ ਵਿੱਚ ਲੱਗਿਆ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਸਨ, ਸਾਧ ਸੰਗਤ ਉਹਨਾਂ ਦੇ ਹਿਰਦੇ ਤੜਫ ਉੱਠੇ, ਕੁਰਲਾ ਉੱਠੇ, ਉਹਨਾਂ ਨੇ ਡਾਂਗਾਂ ਖਾ ਕੇ ਵੀ, ਉਹਨਾਂ ਨੇ ਰੋੜੇ ਵੱਟੇ ਖਾ ਕੇ ਵੀ ਉਸ ਦੁਸ਼ਟ ਬੰਦੇ ਦਾ ਵਿਰੋਧ ਪ੍ਰਦਰਸ਼ਨ ਸਾਧ ਸੰਗਤ ਜਾਰੀ ਰੱਖਿਆ। ਬੇਸ਼ੱਕ ਸਿੱਖਾਂ 'ਤੇ ਕੇਸ ਬਣੇ, ਡਾਂਗਾਂ ਵੱਟਿਆਂ ਦੀ ਮਾਰ ਪਈ, ਇੱਥੋਂ ਤੱਕ ਕਿ ਇੱਕ ਗੁਰਸਿੱਖ ਨੂੰ ਸਾਧ ਸੰਗਤ ਆਪਣੀ ਸ਼ਹੀਦੀ ਵੀ ਦੇਣੀ ਪਈ। ਵੈਸੇ ਸ਼ਹੀਦ ਕੌਮ ਦੇ ਹੁੰਦੇ ਹੈ, ਜਦੋਂ ਕੋਈ ਸ਼ਹੀਦ ਹੋ ਜਾਂਦਾ ਨਾ, ਉਦੋਂ ਸਾਧ ਸੰਗਤ ਉਹ ਪਰਿਵਾਰ ਤੋਂ, ਨਗਰ ਚੋਂ ਨਿਕਲ ਕੇ ਉਹ ਕੌਮ ਦਾ ਬਣ ਜਾਂਦਾ ਹੈ। ਪਰ ਸਾਨੂੰ ਇਸ ਗੱਲ ਦਾ ਹਮੇਸ਼ਾ ਮਾਣ ਰਹੇਗਾ ਕਿ ਉਸ ਸ਼ਹੀਦ ਸਿੰਘ ਭਾਈ ਕਮਲਜੀਤ ਸਿੰਘ ਨੇ ਲਗਭਗ 7-8 ਮਹੀਨੇ ਜਥੇ ਦੇ ਵਿੱਚ ਰਹਿ ਕੇ ਪੰਜਾਂ ਪਿਆਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਕਰਾਉਣ ਦੀ ਸੇਵਾ ਨਿਭਾਈ। ਸੋ ਭਾਵੇਂ ਸਾਧ ਸੰਗਤ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸ਼ੱਦਦ ਸਹਿਣੇ ਪਏ, ਪਰ ਫਿਰ ਵੀ ਉਹਨਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ। ਅੱਜ ਉਹਦਾ ਹੀ ਅਸਰ ਹੈ ਜਿਹੜਾ ਕੁਝ ਰਿਪੋਰਟਾਂ ਸਾਹਮਣੇ ਆਈਆਂ ਨੇ, CBI ਦੀ ਜਾਂਚ ਆਈ ਹੈ, ਕਹਿੰਦੇ ਕਿਉਂ ਬੋਲਦੇ ਹੋ ਮਾੜਾ, ਕਈਆਂ ਨੂੰ ਦੁੱਖ ਲੱਗਦਾ ਹੈ। ਸਾਡੇ ਤੋਂ ਪਹਿਲਾਂ ਤਾਂ ਅਦਾਲਤ ਦੇ ਵਿੱਚ ਵਕੀਲ ਬੋਲਦੇ ਹੋਣਗੇ, ਪਹਿਲਾਂ ਉਹਨਾਂ ਨੂੰ ਚੁੱਪ ਕਰਾ ਕੇ ਆਓ, ਫਿਰ ਉਹਦੇ ਖਿਲਾਫ ਜਿਹੜਾ 100-125 ਗਵਾਹ ਉਹਨੇ ਇਕੱਠਾ ਕੀਤਾ ਫਿਰ ਉਹ ਬੋਲਦਾ ਹੋਊਗਾ। ਹੋ ਸਕਦਾ ਸੀ ਉਹ ਮਾਇਆ ਦੇ ਪ੍ਰਭਾਵ ਦੇ ਨਾਲ, ਰਾਜਨੀਤਿਕ ਦਬਾਅ ਦੇ ਨਾਲ ਇਹਨਾਂ ਸਾਧ ਸੰਗਤ ਕੇਸਾਂ ਦੇ ਵਿੱਚੋਂ ਨਿਕਲ ਜਾਂਦਾ, ਪਰ ਜਿਹੜਾ ਉਹਨੇ ਆਪ ਪੈਰ ਕੁਹਾੜਾ ਮਾਰ ਲਿਆ ਚੁੱਕ ਕੇ, ਬਗਲੇ ਦੇ ਮਨ ਦੇ ਵਿੱਚ ਵੀ ਇਹ ਚਾਅ ਉੱਠਿਆ। ਬਾਣੀ ਵਿੱਚ ਦਰਜ ਹੈ, ਕਹਿੰਦੇ ਹੰਸਾਂ ਵੇਖ ਤਰੰਦਿਆਂ ਬੱਗਾ ਵੀ ਆਇਆ ਚਾਓ। ਹੁਣ ਬੱਗੇ ਨੂੰ ਕਿਸੇ ਨੇ ਬਗਲੇ ਨੂੰ ਚੁੱਕਤਾ, ਸਾਧ ਸੰਗਤ ਹੰਸਾਂ ਵੱਲ ਵੇਖ ਕੇ ਉਹਦੇ ਮਨ 'ਚ ਵੀ ਚਾਅ ਆ ਕੁਝ। ਉਹਦੇ ਆਂਢੀਆਂ ਗਵਾਂਢੀਆਂ ਨੇ ਆ ਕੇ ਦੱਸਿਆ, ਕਹਿਣ ਲੱਗਿਆ ਬਗਲਿਆ, ਰੰਗ ਤੇਰਾ ਵੀ ਚਿੱਟਾ, ਰੰਗ ਹੰਸ ਦਾ ਵੀ ਚਿੱਟਾ, ਖੰਭ ਉਹਦੇ ਕੋਲ ਵੀ ਨੇ, ਖੰਭ ਤੇਰੇ ਕੋਲ ਵੀ ਨੇ, ਚੁੰਝ ਉਹਦੇ ਕੋਲ ਵੀ ਹੈ, ਚੁੰਝ ਤੇਰੇ ਕੋਲ ਵੀ ਹੈ। ਉਹ ਇੱਕ ਅਡਾਰੀ ਦੇ ਨਾਲ ਸਾਰਾ ਸਮੁੰਦਰ ਮਾਨ ਸਰੋਵਰ ਪਾਰ ਕਰ ਜਾਂਦਾ ਹੈ। ਕਹਿੰਦੇ ਨੇ ਹੰਸ ਦੀ ਅਡਾਰੀ, ਬਜ਼ੁਰਗ ਕਹਿੰਦੇ 400 ਕੋਹ ਦੀ ਹੁੰਦੀ,
ਕਹਿੰਦੇ ਵੀ ਉਹ ਇੱਕ ਉਡਾਰੀ ਦੇ ਨਾਲ ਸਾਰਾ ਸਮੁੰਦਰ ਪਾਰ ਕਰ ਜਾਂਦਾ ਹੈ ਤੇ ਤੇਰੇ ਤੋਂ ਉੱਡ ਕੇ ਇੱਕ ਉਡਾਰੀ ਦੇ ਨਾਲ ਇੱਕ ਕਿੱਕਰ ਤੋਂ ਦੂਜੇ ਕਿੱਕਰ ਤੱਕ ਨਹੀਂ ਅਪੜਿਆ ਜਾਂਦਾ। ਹੁਣ ਸਾਧ ਸੰਗਤ ਉਹਦੇ ਮਨ ਵਿੱਚ ਵੀ ਚਾਅ ਆਇਆ, ਕਹਿੰਦਾ ਅੱਜ ਮੈਂ ਵੀ ਉੱਡ ਕੇ ਵਿਖਾਵਾਂਗਾ, ਮੈਂ ਵੀ ਹੰਸ ਬਣ ਕੇ ਵਿਖਾਵਾਂਗਾ। ਕਿਨਾਰੇ ਤੇ ਬੈਠੇ ਬੈਠੇ ਨੇ ਡੱਡਾਂ ਖਾਂਦੇ ਖਾਂਦੇ ਨੇ, ਮੱਛੀਆਂ ਖਾਂਦੇ ਖਾਂਦੇ ਨੇ ਉਡਾਰੀ ਮਾਰ ਦਿੱਤੀ। ਹੰਸਾਂ ਵੇਖ ਤਰੰਦਿਆਂ ਬਗਾ ਪੀ ਆਇਆ ਚਾਓ, ਅਜੇ ਚਾਰ ਕੋਈ ਸਾਧ ਸੰਗਤ ਗਿਆ ਸੀ, ਸਾਹ ਫੁੱਲਣ ਲੱਗ ਗਿਆ। ਕਾਰਨ ਦੋਨਾਂ ਦੀ ਖੁਰਾਕ ਦੇ ਵਿੱਚ ਅੰਤਰ ਹੈ, ਇੱਕ ਦੀ ਖੁਰਾਕ ਹੈ ਵਿਸ਼ੇ ਵਿਕਾਰ ਤੇ ਸਾਧ ਸੰਗਤ, ਦੂਜੇ ਦੀ ਖੁਰਾਕ ਹੈ ਨਾਮ, ਵਾਹਿਗੁਰੂ ਦਾ ਭਜਨ, ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਲਾ ਕੇ ਰੱਖਣਾ। ਦੋਨਾਂ ਦੀ ਖੁਰਾਕ ਦੇ ਵਿੱਚ ਅੰਤਰ ਹੈ। ਬਾਣੀ ਕਹਿੰਦੀ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬਗਲਾ ਬਗ ਡੱਡਾਂ ਭਾਲਣ ਜਾਏ। ਕਹਿੰਦੇ ਹੰਸ ਦੇ ਨੇ ਹੀਰੇ ਮੋਤੀ ਖਾਣੇ ਹੈ ਤੇ ਬਗਲੇ ਨੇ ਡੱਡਾਂ ਤੇ ਮੱਛੀਆਂ ਨੂੰ ਚੁੱਕ ਕੇ ਖਾਣਾ। ਹੁਣ ਜੇ ਉਹ ਜੀ ਖੁਰਾਕ ਹੈ, ਉਹ ਖੁਰਾਕ ਦੇ ਹਿਸਾਬ ਦੇ ਨਾਲ ਸਾਧ ਸੰਗਤ ਉਹੋ ਜਿਹਾ ਉਹਦਾ ਦਮ ਬਣਦਾ ਹੈ, ਉਹੋ ਜਿਹਾ ਉਹਦਾ ਸਰੀਰ ਬਣਦਾ, ਉਹਨਾਂ ਕੁ ਉਹਦੇ ਵਿੱਚ ਬਲ ਆਉਂਦਾ ਹੈ। ਹੰਸ ਦੀ ਖੁਰਾਕ ਸੀ ਹੀਰੇ ਮੋਤੀ ਚੁਗਣੇ, ਤੇ ਹੰਸ ਨੇ ਜਦੋਂ ਸਾਧ ਸੰਗਤ ਮਾਰੀ ਉਡਾਰੀ, ਉਹ ਤੇ ਸਾਗਰ ਸਮੁੰਦਰ ਨੂੰ ਪਾਰ ਕਰ ਗਿਆ ਤੇ ਜਦੋਂ ਵਾਰੀ ਆਈ ਬਗਲੇ ਦੀ, ਉਹ ਚਾਰਾਂ ਕੂਹਾਂ ਤੇ ਅਪੜਿਆ, ਜੇ ਸਾਹ ਫੁੱਲਣ ਲੱਗ ਗਿਆ। ਹੁਣ ਸੋਚਦਾ ਵੀ ਅਗਾਂਹ ਨੂੰ ਜਾਵਾਂ ਕਿ ਪਿਛਾਂਹ ਨੂੰ ਜਾਵਾਂ, ਨਾ ਤੇ ਅੱਗੇ ਜਾਣ ਜੋਗੇ। ਅੱਗੇ ਵੇਖਦਾ ਵਿਸ਼ਾਲ ਸਮੁੰਦਰ ਹੈ, ਪਾਣੀ ਹੀ ਪਾਣੀ ਹੈ। ਪਿੱਛੇ ਨੂੰ ਵੇਖਦਾ ਚਾਰ ਕੋ ਪਿੱਛੇ ਮੁੜ ਕੇ ਜਾਣਾ ਪਵੇਗਾ, ਨਾ ਅਗਾਂਹ ਜਾਣ ਜੋਗਾ ਨਾ ਪਿਛਾਂਹ ਜਾਣ ਜੋਗਾ। ਬਾਣੀ ਕਹਿੰਦੀ, ਹੰਸਾਂ ਵੇਖ ਤਰੰਦਿਆਂ ਬਗਾ ਪੀ ਆਇਆ ਚਾਓ, ਡੁੱਬ ਮੂਏ ਬਗ ਵਪੜੇ ਸਿਰ ਤਲ ਉੱਪਰ ਪਾਉ। ਕਹਿੰਦੇ ਅੱਧ ਵਿਚਾਲੇ ਡੁੱਬ ਗਿਆ ਬਗਲਾ, ਡਿੱਗਿਆ ਜਦੋਂ ਭੁਆਟਣੀ ਖਾ ਕੇ ਸਿਰ ਥੱਲੇ ਨੂੰ ਹੋ ਗਿਆ ਤੇ ਸਾਧ ਸੰਗਤ ਉਹਦੀਆਂ ਲੱਤਾਂ ਤਾਂ ਨੂੰ ਹੋ ਗਈਆਂ। ਬਸ ਇੰਨਾ ਕੁ ਫਰਕ ਹੈ ਇਸ ਸਿਰਸੇ ਵਾਲੇ ਪਖੰਡੀ ਦੁਸ਼ਟ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ। ਕਿੱਥੇ ਵਿਸ਼ੇ ਵਿਕਾਰ ਭੋਗਣ ਵਾਲਾ ਸਾਧ ਸੰਗਤ ਇਨਸਾਨ, ਕਿਧਰੇ ਦੂਜੇ ਪਾਸੇ ਸਾਧ ਸੰਗਤ ਕਲਗੀਧਰ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਤੁਹਾਡੇ ਨਾਲ ਅਸੀਂ ਜ਼ਿਕਰ ਸਾਂਝਾ ਕਰ ਰਹੇ ਹਾਂ, ਅਜੇ ਵਿਚਾਰ ਦਾ ਮਜ਼ਮੂਨ ਮੰਨ ਰਹੇ ਹਾਂ। ਵਿਚਾਰ ਸਾਂਝੀ ਤੁਹਾਡੇ ਨਾਲ ਕਰਨੀ ਹੈ ਕਿ ਅੰਤਰ ਕੀ ਹੈ, ਪਰ ਪਹਿਲਾਂ ਇੱਥੇ ਇੱਕ ਧਾਰਨਾ ਪੜ੍ਹ ਲਈਏ। ਉਹ ਨਾ ਕਰੀ ਹੰਸਾਂ ਦੀ ਰੀਸ ਬਗਲਿਆ ਡੁੱਬ ਦੇਗਾ, ਨਾ ਕਰੀ ਹੰਸਾਂ ਦੀ ਰੀਸ ਬਗਲਿਆ ਡੁੱਬ ਦੇਗਾ, ਨਾ ਕਰੀ ਹੰਸਾਂ ਦੀ ਰੀਸ ਬਗਲਿਆ। ਨਾ ਕਰੀ ਹੰਸਾਂ ਦੀ ਰੀਸ ਬਗਲਿਆ ਡੁੱਬ ਦੇਗਾ, ਨਾ ਕਰੀ ਹੰਸਾਂ ਦੀ ਰੀਸ ਬਗਲਿਆ ਡੁੱਬ ਦੇਗਾ, ਨਾ ਕਰੀ ਹੰਸਾਂ ਦੀ ਰੀਸ, ਨਾ ਕਰੀ ਹੰਸਾਂ ਦੀ ਰੀਸ, ਨਾ
ਕਥਾ ਕਰੀ ਹੰਸਾ ਦੀ ਰੀਸ ਬਗਲਿਆ ਮਰ ਗਏ ਗਾਨਾ ਕਰੀ ਹੰਸਾ ਦੀ ਰੀਸ ਬਗਲਿਆ ਡੁੱਬ ਗਏਗਾ ਤੇ ਸਾਧ ਸੰਗਤ ਪਖੰਡੀਆਂ ਦੀ ਹੁੰਦੀ ਹੈ। ਇਹ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਕਹਿੰਦੇ ਪਿਰਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਸੱਕਾ ਭਰਾ ਸੀ ਪਿਰਥੀ ਚੰਦ। ਉਹਨੇ ਬਿਲਕੁਲ ਹਰਿਮੰਦਰ ਸਾਹਿਬ ਵਰਗਾ ਹਰਿਮੰਦਰ ਆਪਣਾ ਬਣਾ ਲਿਆ, ਮੂਹਰੇ ਮਸੰਦ ਏਜੰਟ ਰੱਖ ਲਏ, ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਆਪਣੇ ਵੱਲੇ ਲੈ ਕੇ ਜਾਣ ਲੱਗ ਗਏ। ਉਸ ਸਮੇਂ ਭਾਈ ਗੁਰਦਾਸ ਜੀਆਂ ਨੇ ਇੱਕ ਵਾਰ ਉਚਾਰੀ, ਭਾਵੇਂ ਮੀਣਿਆਂ ਦੇ ਪ੍ਰਥਾਏ, ਪਖੰਡੀਆਂ ਦੰਭੀਆਂ ਦੇ ਪ੍ਰਥਾਏ, ਭਾਈ ਗੁਰਦਾਸ ਜੀ ਦੇ ਬਹੁਤ ਬਚਨ ਆਉਂਦੇ ਹੈ, ਪਰ ਇੱਕ ਵਾਰ ਵਿਸ਼ੇਸ਼ ਕਰਕੇ ਅਸੀਂ ਦੀਵਾਨਾਂ ਵਿੱਚ ਜ਼ਿਕਰ ਕਰਦੇ ਹੁੰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ। ਕਹਿੰਦੇ ਕੁਦਰਤੀ ਗਿੱਦੜ ਜੰਗਲੋਂ ਪਿੰਡ ਵੱਲ ਨੂੰ ਆ ਗਿਆ, ਜਦੋਂ ਪਿੰਡ 'ਚ ਵੜਿਆ ਕੁੱਤੇ ਪੈ ਗਏ ਉਹਨੂੰ, ਹੁਣ ਡਰਦਾ ਭੱਜਿਆ ਜਦੋਂ ਕੁੱਤਿਆਂ ਤੋਂ। ਅਤੇ ਅੱਗੇ ਇੱਕ ਲਲਾਰੀ ਦਾ ਘਰ ਸੀ ਰੰਗਣ ਵਾਲੇ ਦਾ, ਉਹਦਾ ਵੱਡਾ ਸਾਰਾ ਰੰਗ ਦਾ ਭਰਿਆ ਹੋਇਆ ਮੱਟ, ਜਿਹੜਾ ਬਚਿਆ ਹੋਇਆ ਰੰਗ ਸੀ ਉਹ ਮੱਟ ਵਿੱਚ ਪਾਇਆ। ਤੇ ਸਾਧ ਸੰਗਤ ਕੁੱਤਿਆਂ ਤੋਂ ਡਰਦਾ ਡਰਦਾ ਉਹ ਗਿੱਦੜ ਆ ਕੇ ਮੱਟ ਦੇ ਵਿੱਚ ਡਿੱਗ ਪਿਆ, ਕੁੱਤੇ ਲੱਭ ਲੁਭ ਕੇ ਮੁੜ ਗਏ, ਉਹ ਲੱਭਿਆ ਨਾ, ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ। ਤੇ ਜਦੋਂ ਗਿੱਦੜ ਨੂੰ ਪਤਾ ਲੱਗ ਗਿਆ ਕੁੱਤੇ ਚਲੇ ਗਏ, ਨਿਕਲਿਆ ਤੇ ਸਾਧ ਸੰਗਤ ਜਦੋਂ ਜੰਗਲ ਵਿੱਚ ਚੱਪੜਿਆ, ਇੰਨੇ ਨੂੰ ਦਿਨ ਚੜ ਗਿਆ। ਤੇ ਜਦੋਂ ਸਾਧ ਸੰਗਤ ਅੱਪੜਿਆ ਜੰਗਲ ਵਿੱਚ, ਜੰਗਲ ਦੇ ਜਾਨਵਰ ਜੰਗਲ ਦੇ ਜੀਵ ਕਹਿੰਦੇ ਵੀ ਇਹੋ ਜਿਹਾ ਜਾਨਵਰ ਤੇ ਆਪਾਂ ਵੇਖਿਆ ਹੀ ਨਹੀਂ, ਸ਼ੇਰ ਵੇਖੇ, ਬਘਿਆੜ ਵੇਖੇ, ਹਿਰਨ ਵੇਖੇ, ਗਿੱਦੜ ਵੇਖੇ, ਤੇ ਆਹ ਤੇ ਰੰਗ ਹੀ ਬੜਾ ਸੋਹਣਾ, ਰੰਗ ਚੜ ਗਿਆ ਨਾ ਉਹਦੇ ਤੇ ਜਾਂਦਿਆਂ ਜਾਂਦਿਆਂ ਸੁੱਕ ਗਿਆ। ਕਹਿੰਦੇ ਤੇ ਰੰਗ ਹੀ ਬੜਾ ਸੋਹਣਾ, ਇਹੋ ਜਿਹਾ ਰੰਗ ਤੇ ਕਦੇ ਵੇਖਿਆ ਨਹੀਂ, ਸੱਤੇ ਰੰਗਾਂ ਦੀ ਚਮਕ ਪੈਣ ਡਈ ਹੈ ਵਿੱਚੋਂ। ਤੇ ਸਾਧ ਸੰਗਤ ਕਹਿੰਦੇ ਹੋਵੇ ਨਾ ਹੋਵੇ, ਇਹ ਤਾਂ ਕੋਈ ਅਕਾਲ ਪੁਰਖ ਨੇ ਫਰਿਸ਼ਤਾ ਭੇਜਿਆ ਆਪਣੇ ਵਾਸਤੇ। ਸ਼ੇਰ ਨੂੰ ਕਹਿੰਦੇ ਤੂੰ ਸਿੰਘਾਸਨ ਛੱਡ ਦੇ, ਅੱਜ ਤੋਂ ਬਾਅਦ ਇਹ ਰਾਜਾ ਹੋਊਗਾ। ਗਿੱਦੜ ਵੀ ਚੁੱਪ ਕਰਿਆ ਰਿਹਾ ਵੀ ਜਦੋਂ ਸਾਰੇ ਕਹੀ ਜਾਂਦੇ ਆ ਮਨਾ ਤੂੰ ਕਿਉਂ ਬੋਲਣਾ, ਢੋਲ ਬੋਲੂਗਾ ਤਾਂ ਆਪਣੀ ਪੋਲ ਖੋਲੂਗਾ। ਹੁਣ ਢੋਲ ਤੇ ਹੱਥ ਮਾਰਿਆ ਪਤਾ ਲੱਗ ਜਾਣਾ ਵੀ ਖਾਲੀ ਹੈ ਵਿੱਚੋਂ। ਹੁਣ ਉਹ ਕਹਿਣ ਲੱਗਿਆ ਵੀ ਤੂੰ ਮਨਾ ਚੁੱਪ ਕਰਿਆ ਰਿਹਾ, ਤੈਨੂੰ ਜਦੋਂ ਸਾਰੇ ਮੰਨੀ ਜਾਂਦੇ ਹੈ ਤੇ ਤੈਨੂੰ ਬੋਲ ਕੇ ਆਪਣਾ ਆਪ ਪ੍ਰਗਟ ਕਰਨ ਦੀ ਕੀ ਲੋੜ ਹੈ, ਚੁੱਪ ਕਰਿਆ ਰਿਹਾ। ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕਹਿ ਪਖੰਡ ਕਮੱਤਾ। ਆਪਣਾ ਪਖੰਡ ਸ਼ੁਰੂ ਕਰ ਲਿਆ, ਸ਼ੇਰ ਆਪਣੇ ਆਸਣ ਤੋਂ ਉੱਠ ਖਲੋਤਾ, ਰੰਗਿਆ ਗਿੱਦੜ ਉੱਥੇ ਬਹਿ ਗਿਆ। ਹੁਣ ਉੱਥੇ ਪਖੰਡ ਸ਼ੁਰੂ ਕਰ ਦਿੱਤਾ, ਦਰ ਸੇਵੈ ਮਿਰਗਾਵਲੀ, ਹੋਏ ਬਹੇ ਅਵਤਾ। ਹੁਣ ਮਿਰਗਾਂ ਦੀਆਂ ਡਾਰਾਂ ਜਿੰਨੇ ਜਾਨਵਰ ਉਹਦੀ ਸੇਵਾ 'ਚ ਹਾਜ਼ਰ ਹੁੰਦੇ ਹੈ, ਕੋਈ ਸਾਧ ਸੰਗਤ ਕਾਲਾ ਤਿੱਤਰ ਮਾਰ ਕੇ ਲਿਆਉਂਦਾ ਹੈ, ਕੋਈ ਖਰਗੋਸ਼ ਮਾਰ ਕੇ ਉਹਦੇ ਵਾਸਤੇ ਲਿਆਉਂਦਾ ਹੈ, ਉਹ ਕਹਿੰਦਾ ਉਹ ਮਨਾ ਅੱਗੇ ਤਾਂ ਲੋਕਾਂ ਦੀ ਜੂਠ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਤੇ ਹੁਣ ਤੇ ਬੈਠੇ ਬਿਠਾਏ ਨੂੰ 36 ਤਰ੍ਹਾਂ ਦੇ ਮਾਸ ਮਿਲਦੇ ਆ ਖਾਣ ਨੂੰ, ਕੋਈ ਕਾਲਾ ਤਿੱਤਰ ਲਿਆਉਂਦਾ ਰਿੰਨ ਕੇ, ਕੋਈ ਸਾਧ ਸੰਗਤ ਕਿਸੇ ਨੂੰ ਲਿਆਉਂਦਾ ਆ ਕੇ ਉਹਦੇ ਛਕਣ ਵਾਸਤੇ। ਕਹਿੰਦੇ ਡਰ ਸੇਵੈ ਮਿਰਗਾਵਲੀ, ਮਿਰਗਾਂ ਦੀਆਂ ਡਾਰਾਂ ਦਰ ਤੇ ਖਲੋਤੀਆਂ। ਭਾਈ ਗੁਰਦਾਸ ਜੀ ਕਹਿੰਦੇ ਡਰ ਸੇਵੈ ਮਿਰਗਾਵਲੀ, ਹੋਏ ਬਹੇ ਅਵਤਾ।
ਕਰੇ ਹਕੂਮਤ ਅਗਲੀ ਕੂੜੇ ਮਦ ਮੱਤਾ। ਹੁਣ ਪਖੰਡ ਦੇ ਵਿੱਚ ਭੁੱਲੀ ਗਿਆ ਵੀ ਮੈਂ ਤਾਂ ਪਖੰਡੀ ਆ, ਨਕਲੀ ਆ, ਬਨਾਉਟੀ ਆ। ਹਕੂਮਤ ਸ਼ੁਰੂ ਕਰ ਦਿੱਤੀ, ਨਾਲੇ ਸਾਧ ਸੰਗਤ ਖਾਂਦਾ ਨਾਲੇ ਝਿੜਕਦਾ ਹੈ, ਕਹਿੰਦਾ ਵੀ ਆਹ ਜਿਹੜਾ ਮਾਸ ਹੈ ਕੱਚਾ ਹੈ, ਆਹ ਮਾਸ ਤੁਸੀਂ ਰਿੰਨਿਆ ਨੀ ਚੰਗੀ ਤਰ੍ਹਾਂ। ਦੂਜੇ ਨੂੰ ਕਹਿੰਦਾ ਤੂੰ ਪਹਿਰੇ ਤੇ ਨੀ ਆਇਆ, ਤੂੰ ਚੰਗੀ ਤਰ੍ਹਾਂ ਡਿਊਟੀ ਨੀ ਦਿੱਤੀ। ਇਸ ਤਰ੍ਹਾਂ ਸਾਧ ਸੰਗਤ ਹੰਕਾਰ ਵਿੱਚ ਆ ਕੇ ਹਕੂਮਤ ਕਰਦਾ। ਕਰੇ ਹਕੂਮਤ ਅਗਲੀ ਕੂੜੇ ਮਦ ਮੱਤਾ, ਝੂਠ ਦਾ ਐਸਾ ਨਸ਼ਾ। ਮਦ ਨਾਮ ਹੈ ਨਸ਼ੇ ਦਾ, ਸ਼ਰਾਬ ਨੂੰ ਮਦਰਾ ਵੀ ਕਹਿੰਦੇ ਹੈ। ਕੂੜੇ ਮਦ ਮੱਤਾ ਤੇ ਸਹਿਦ ਸੰਗਤ ਵਾਹਵਾ 6 ਮਹੀਨੇ ਸੋਹਣੇ ਲੰਘ ਗਏ ਤੇ ਗਰਮੀ ਦੀ ਰੁੱਤ ਲੰਘ ਗਈ, ਸੌਣ ਦਾ ਮਹੀਨਾ ਆ ਗਿਆ, ਬਾਰਿਸ਼ਾਂ ਦੇ ਦਿਨ ਆਏ, ਬੱਦਲ ਚੜ੍ਹ ਕੇ ਆਇਆ ਤੇ ਫਿਰ ਗਿੱਦੜਾਂ ਦੇ ਵਿੱਚ ਇੱਕ ਸੁਭਾਅ ਹੁੰਦਾ ਹੈ, ਉਹ ਬੱਦਲ ਵੱਲ ਵੇਖ ਕੇ ਨਾ ਜਦੋਂ ਬੱਦਲ ਆਉਂਦੇ ਮੂੰਹ ਚੁੱਕ ਲੈਂਦੇ ਨੇ ਤਾਂ ਨੂੰ ਅਸਮਾਨ ਵੱਲ ਨੂੰ ਤੇ ਉੱਚੀ ਉੱਚੀ ਕੂਕਦੇ ਹੈ, ਉੱਚੀ ਉੱਚੀ ਰੌਲਾ ਪਾਉਂਦੇ ਆ। ਜਦੋਂ ਬੱਦਲ ਗੱਜਦਾ ਤੇ ਗਿੱਦੜ ਫਿਰ ਰੌਲਾ ਪਾਉਂਦਾ ਡਰਦਾ। ਜਦੋਂ ਬੱਦਲ ਗੱਜਿਆ ਤੇ ਉਹਦੇ ਭਾਈਚਾਰੇ ਨੇ ਰੌਲਾ ਪਾਉਣਾ ਸ਼ੁਰੂ ਕਰਤਾ। ਹੁਣ ਗਿੱਦੜਾਂ ਨੇ ਕੂਕਾਂ ਮਾਰਨੀਆਂ ਸ਼ੁਰੂ ਕਰਤੀਆਂ, ਹੁਣ ਰੋਕਿਆ ਤਾਂ ਉਹਨੇ ਵੀ ਬਥੇਰਾ ਆਪਣੇ ਆਪ ਨੂੰ। ਸਾਧ ਸੰਗਤ ਰੋਕਦਿਆਂ 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 ਵੀ ਇੱਕ ਦੋ ਕੂਕਾਂ ਉਹਦੇ ਤੋਂ ਵੀ ਨਿਕਲ ਗਈਆਂ। ਜਦੋਂ ਭਾਈਚਾਰਾ ਰੌਲਾ ਪਾਉਂਦਾ ਸੀ ਉਹਦੇ ਤੋਂ ਚੁੱਪ ਕਿੱਥੇ ਰਿਹਾ ਗਿਆ। ਦੋ ਚਾਰ ਕੂਕਾਂ ਜਦੋਂ ਉਹਨੇ ਮਾਰੀਆਂ, ਕੋਲ ਹੀ ਸ਼ੇਰ ਬੈਠਾ, ਪਰਾਂ ਬਘਿਆੜ ਬੈਠਾ ਹੈ। ਜਦੋਂ ਕੂਕ ਦੀ ਆਵਾਜ਼ ਕੰਨਾਂ ਵਿੱਚ ਪਈ, ਸ਼ੇਰ ਬਘਿਆੜ ਨੂੰ ਕਹਿੰਦਾ ਹੈ, ਉਹ ਕਹਿੰਦਾ ਇਹਦੀ ਆਵਾਜ਼ ਤਾਂ ਗਿੱਦੜਾਂ ਵਰਗੀ ਲੱਗਦੀ ਹੈ। ਕਹਿੰਦਾ ਆਵਾਜ਼ ਨੀ, ਇਹਦੇ ਕੰਨ ਵੀ ਗਿੱਦੜਾਂ ਵਰਗੇ ਤੇ ਪੂਛ ਵੀ ਗਿੱਦੜਾਂ ਵਰਗੀ, ਕੱਲਾ ਰੰਗ ਦਾ ਹੀ ਫਰਕ ਹੈ। ਉਹਦੇ ਬੋਲਣ ਨੇ ਉਹਦਾ ਪਾਜ ਉਘੇੜ ਦਿੱਤਾ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਬੱਤਾ। ਜਿਵੇਂ ਮੂਲੀ ਖਾ ਕੇ ਆਪਾਂ ਡਕਾਰ ਲਈਏ ਨਾ, ਅਗਲੇ ਨੂੰ ਪਤਾ ਲੱਗ ਜਾਂਦਾ ਇਹਨੇ ਮੂਲੀ ਖਾਧੀ ਹੈ। ਇਸੇ ਤਰ੍ਹਾਂ ਸਾਧ ਸੰਗਤ ਉਹਦੇ ਬੋਲ ਨੇ ਉਹਦਾ ਪਾਜ ਉਘੇੜਤਾ ਤੇ ਉਹ ਸ਼ੇਰ ਬਘਿਆੜ ਆਪਸ ਦੇ ਵਿੱਚ ਗੱਲਾਂ ਕਰਦੇ। ਉਹ ਕਹਿੰਦੇ ਆਪਾਂ 6 ਮਹੀਨੇ ਐਵੇਂ ਇਹਦੀ ਸੇਵਾ ਕਰੀ ਗਏ ਤੇ ਫਿਰ ਕਹਿੰਦੇ ਹੁਣ ਸਮਾਰ ਕੇ ਸੇਵਾ ਕਰ ਦਿੰਦੇ। ਪਤਾ ਤੇ ਲੱਗ ਗਿਆ ਕਿ ਗਿੱਦੜ ਹੈ ਤੇ ਫਿਰ ਹੁਣ ਸਮਾਰ ਕੇ ਸੇਵਾ ਕਰ ਦੇਣੀ ਚਾਹੀਦੀ ਹੈ। ਬੋਲਣ ਪਾਜ ਉਘਾੜਿਆ ਜੇ ਮੂਲੀ ਬੱਤਾ, ਤੇ ਸਾਧ ਸੰਗਤ ਜਦੋਂ ਉਹਦਾ ਪਾਜ ਉਗੜ ਗਿਆ ਫਿਰ ਸ਼ੇਰ ਬਘਿਆੜ ਟੁੱਟ ਕੇ ਪੈ ਗਏ। ਬੋਟੀ ਕੋਈ ਲੈ ਗਿਆ, ਬੋਟੀ ਕੋਈ ਲੈ ਗਿਆ, ਪਤਾ ਹੀ ਨਹੀਂ ਲੱਗਿਆ ਵੀ ਗਿੱਦੜ ਦੇ ਟੁਕੜੇ ਕਿੰਨੇ ਹੋ ਗਏ। ਕਹਿੰਦੇ ਤਿਉਂ ਦਰਗਾਹ ਮੀਨਾ ਮਾਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਦਰਗਾਹ ਦੇ ਵਿੱਚ ਮੀਣੇ ਮੀਣੇ ਭਾਵ ਗੁਰੂ ਘਰ ਦੇ ਦੋਖੀ ਵਿਰੋਧੀ ਸਾਧ ਸੰਗਤ ਇਸ ਤਰ੍ਹਾਂ ਦਰਗਾਹ ਦੇ ਵਿੱਚ ਕਈਆਂ ਨੂੰ ਦਰਗਾਹ ਦੇ ਵਿੱਚ ਤੇ ਕਈਆਂ ਨੂੰ ਇੱਥੇ ਮੱਸੇ ਰੰਗੜ ਵਾਂਗੂ, ਕਈਆਂ ਨੂੰ ਦਰਗਾਹ ਦੇ ਵਿੱਚ ਕਈਆਂ ਨੂੰ ਇੱਥੇ ਚੰਦੂ ਵਾਂਗੂ, ਕਈਆਂ ਨੂੰ ਦਰਗਾਹ ਦੇ ਵਿੱਚ ਕਈਆਂ ਨੂੰ ਇੱਥੇ ਸੂਬੇ ਵਜ਼ੀਰ ਖਾਂ ਵਾਂਗੂ, ਕਈਆਂ ਨੂੰ ਦਰਗਾਹ ਦੇ ਵਿੱਚ ਤੇ ਕਈਆਂ ਨੂੰ ਇੱਥੇ ਸਾਧ ਸੰਗਤ ਮੀਰ ਮੰਨੂ ਵਾਂਗੂ, ਕਈਆਂ ਨੂੰ ਦਰਗਾਹ ਦੇ ਵਿੱਚ ਤੇ ਕਈਆਂ ਨੂੰ ਇੱਥੇ ਜਿਵੇਂ ਕੱਲ ਸੁਣਿਆ ਸੀ ਜ਼ਕਰੀਏ ਖਾਨ ਵਾਂਗੂ। ਤਿਉਂ ਦਰਗਾਹ ਮੀਣਾ ਮਾਰੀ ਹੈ ਕਰ ਕੂੜ ਕਪੱਤਾ। ਕਹਿੰਦੇ ਇਸ ਤਰ੍ਹਾਂ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਪਖੰਡੀਆਂ ਨੂੰ ਹਮੇਸ਼ਾ ਤੇ ਹਮੇਸ਼ਾ ਮਾਰੀ ਪੈਂਦੀ ਹੈ। ਪਖੰਡ ਦਾ ਜਿਹੜਾ ਪਾਜ ਹੈ ਉਹ ਉਗੜੇਗਾ ਉਗੜੇਗਾ, ਸੱਚ ਦਾ ਜਿਹੜਾ ਰੰਗ ਹੈ ਉਹ ਕਦੇ ਨਹੀਂ ਲਹਿੰਦਾ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ, ਸੱਚ ਕਦੇ ਪੁਰਾਣਾ ਨਹੀਂ ਹੁੰਦਾ ਤੇ ਨਾਮ ਕਦੇ ਮੈਲਾ ਨਹੀਂ ਹੁੰਦਾ। ਤੇ ਸਾਧ ਸੰਗਤ ਜਿਹੜਾ ਝੂਠ ਦਾ ਰੰਗ ਹੈ ਇਹ ਬਹੁਤਾ ਚਿਰ ਠਹਿਰਦਾ ਨਹੀਂ ਹੈ। ਕੱਚਾ ਰੰਗ ਕਸੁੰਭ ਦਾ ਪਾਣੀ ਧੋਤਾ ਫਿਰ ਨਰ ਹੋਈ। ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਦੁਹਰਾ ਰਹੇ ਆ ਜਦੋਂ ਮਹਾਰਾਜ ਮੱਕੇ ਗਏ ਸੀ। ਕਹਿੰਦੇ ਜਿਸ ਤਰ੍ਹਾਂ ਕਸੁੰਭ ਦਾ ਕੱਚਾ ਰੰਗ ਪਾਣੀ ਪੈਂਦੇ ਹੀ ਲਹਿ ਜਾਂਦਾ ਨਾ, ਇਸ ਤਰ੍ਹਾਂ ਪਖੰਡੀਆਂ ਦਾ ਸਾਧ ਸੰਗਤ ਜਿਹੜਾ ਪਖੰਡ ਹੁੰਦਾ ਉਹ ਬੜੀ ਛੇਤੀ ਲੋਕਾਂ ਦੇ ਸਾਹਮਣੇ ਆ ਜਾਂਦਾ। ਕਿਸੇ ਦਾ 4 ਸਾਲਾਂ 'ਚ ਆ ਗਿਆ, ਕਿਸੇ ਦਾ 10ਾਂ 'ਚ, ਕਿਸੇ ਦਾ 20ਾਂ 'ਚ, ਇਹ ਸਿਰਸੇ ਵਾਲੇ ਦਾ ਵੀ ਪਖੰਡ ਸਾਹਮਣੇ ਆ ਗਿਆ। ਵਰੇ ਲੱਗ ਗਏ 60 ਸਾਲ ਲੱਗ ਗਏ, ਅਖੀਰ ਸਾਧ ਸੰਗਤ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ। ਕੇਵਲ ਹੁਣ ਦੀਵਾਨਾਂ 'ਚ ਹੀ ਨਹੀਂ ਬੋਲਿਆ ਜਾਂਦਾ, ਤੁਸੀਂ ਅਖਬਾਰਾਂ 'ਚ ਪੜ੍ਹਿਆ, ਨਿਊਜ਼ ਚੈਨਲਾਂ ਦੇ ਵਿੱਚ ਵੇਖ ਲਿਆ, ਹਜ਼ਾਰਾਂ ਲੱਖਾਂ ਦੁਨੀਆ ਨੇ ਸਾਧ ਸੰਗਤ ਵੇਖ ਲਿਆ, ਉਹਦੀਆਂ ਕਰਤੂਤਾਂ ਕੀ ਨੇ, ਕਤਲ ਦੇ, ਬਲਾਤਕਾਰ ਦੇ, ਸਾਜ਼ਿਸ਼ਾਂ ਦੇ ਕੇਸ ਉਹਦੇ ਉੱਤੇ ਸਾਧ ਸੰਗਤ ਦਾਇਰ ਹੋ ਚੁੱਕੇ ਹੈ।
ਇਹਦਾ ਇੱਕੋ ਹੀ ਕਾਰਨ ਇਹ ਬਣਿਆ ਕਰਤੂਤਾਂ ਤੇ ਉਹਨੇ ਕੀਤੀਆਂ ਹੀ ਸਨ। ਹੋ ਸਕਦਾ ਸੀ ਦੱਬ ਜਾਂਦੀਆਂ ਪੈਸੇ ਦਾ ਪ੍ਰਭਾਵ, ਸਤ ਸੰਗਤ ਰਾਜਨੀਤਿਕ ਦਬਾਅ ਇਹਨਾਂ ਚੀਜ਼ਾਂ ਦੇ ਨਾਲ ਹੋ ਸਕਦਾ ਸੀ ਉਹ ਦਬਾ ਲੈਂਦਾ। ਪਰ ਜਿਹੜਾ ਮਈ ਦੇ ਵਿੱਚ ਆ ਕੇ ਉਹਨੇ ਸਿੱਖ ਧਰਮ ਦੇ ਨਾਲ ਮੱਥਾ ਲਾਉਣ ਦੀ ਜ਼ੁਰਤ ਕੀਤੀ ਤੇ ਐਸਾ ਸੰਤ ਸੰਗਤ ਪ੍ਰਭਾਵ ਉਹਦਾ ਪਿਆ, ਵੱਡੀਆਂ ਵੱਡੀਆਂ ਸਰਕਾਰਾਂ ਨੂੰ ਵੀ ਉਹਦੇ ਤੇ ਕੇਸ ਦਰਜ ਕਰਨੇ ਪਏ। ਭਾਵੇਂ ਅੱਜ ਉਹ ਜ਼ਮਾਨਤ ਤੇ ਫਿਰਦਾ, ਹੱਕ ਕੋਈ ਨਹੀਂ ਹੈ ਕਾਨੂੰਨ ਨੂੰ, ਐਸੇ ਕੇਸਾਂ ਦੇ ਵਿੱਚ ਜ਼ਮਾਨਤ ਭਾਵੇਂ ਨਹੀਂ ਮਿਲਦੀ, ਅੱਜ ਉਹ ਸੰਤ ਸੰਗਤ ਜ਼ਮਾਨਤ ਤੇ ਫਿਰ ਰਿਹਾ। ਸਿੱਖ ਇੱਕ ਆਸ ਭਰੀ ਨਜ਼ਰ ਦੇ ਨਾਲ ਤੱਕ ਰਹੇ ਕਾਨੂੰਨ ਵੱਲ, ਅਦਾਲਤ ਦੇ ਵੱਲ, ਕਿ ਸ਼ਾਇਦ ਸਾਨੂੰ ਅਦਾਲਤਾਂ ਕਾਨੂੰਨ ਕੋਈ ਨਿਆਂ ਦੇਵੇਗਾ। ਤੇ ਇੱਥੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ ਵੀ ਇਹ ਸਿੱਖਾਂ ਦੀ ਆਸ ਤੇ ਖਰੇ ਉਤਰਨ। ਵੈਸੇ ਤਾਂ ਕਦੇ ਵੀ ਸਿੱਖਾਂ ਨੂੰ ਸਤ ਸੰਗਤ ਨਾਲ ਹੱਕ ਨਾ ਨਿਆਂ ਕਦੇ ਵੀ ਨਹੀਂ ਮਿਲਿਆ, ਪਰ ਇੱਕ ਵਾਰ ਸਿੱਖ ਭਰੋਸਾ ਜ਼ਰੂਰ ਕਰਦੇ ਹੈ ਤੇ ਜਦੋਂ ਉਹਨਾਂ ਨੂੰ ਨਿਆਂ ਨਹੀਂ ਮਿਲਦਾ, ਇਨਸਾਫ ਨਹੀਂ ਮਿਲਦਾ, ਤੇ ਫਿਰ ਸਿੱਖ ਕੌਮ ਇਹੋ ਜਿਹੀ ਹੈ ਆਪਣਾ ਇਨਸਾਫ ਆਪ ਵੀ ਲੈਣ ਜਾਣਦੀ। ਜੇ ਮਹਾਰਾਜ ਨੇ ਤੇਗ ਦਿੱਤੀ ਹੈ ਨਾ ਸਿੱਖ ਨੂੰ ਤੇਗ, ਤੇ ਸਤਿਗੁਰੂ ਨੇ ਉਹਨੂੰ ਵਰਤਣ ਦੀ ਜਾਚ ਵੀ ਦਿੱਤੀ ਹੈ। ਚੂੰ ਕਰ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਮਹਾਰਾਜ ਕਹਿੰਦੇ ਜਦੋਂ ਸਾਰੀਆਂ ਅਪੀਲਾਂ ਦਲੀਲਾਂ ਵਕੀਲਾਂ ਤੋਂ ਗੱਲ ਲੰਘ ਜਾਵੇ, ਫਿਰ ਸਿੱਖ ਦਾ ਹੱਥ ਜੇ ਤਲਵਾਰ ਦੇ ਮੁੱਠੇ ਤੇ ਚਲਿਆ ਜਾਵੇ ਤੇ ਨਜਾਇਜ਼ ਕੋਈ ਨਹੀਂ। ਹੁਣ ਸਾਧ ਸੰਗਤ ਇਦੋਂ ਅੱਗੇ ਸਰਕਾਰਾਂ ਦੀ ਕਾਨੂੰਨ ਦੀ ਤੇ ਅਦਾਲਤਾਂ ਦੀ ਡਿਊਟੀ ਬਣਦੀ ਹੈ, ਧਾਰਾਵਾਂ ਉਹਦੇ ਤੇ ਉਹ ਲੱਗ ਚੁੱਕੀਆਂ ਨੇ, ਤੇ ਉਹਨੂੰ ਕੀ ਸਮਾਂ ਸਮੇਂ ਦੇ ਭਵਿੱਖ ਦੇ ਵਿੱਚ ਕੀ ਲੁਕਿਆ, ਸਮੇਂ ਦੇ ਗਰਭ ਦੇ ਵਿੱਚ ਕੀ ਲੁਕਿਆ ਹੈ, ਤੇ ਸਾਧ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ। ਤੇ ਗੁਰੂ ਸਾਹਿਬ ਕਿਰਪਾ ਹੀ ਕਰਨ ਭਲਾ ਹੀ ਹੋਵੇ, ਪਰ ਅਸੀਂ ਤੁਹਾਡੇ ਨਾਲ ਵਿਚਾਰ ਕਰ ਰਹੇ ਸੀ ਐਸੇ ਦੰਭੀ ਪਖੰਡੀ, ਇਹਨਾਂ ਕੋਲ ਆਪਣਾ ਕੱਖ ਵੀ ਨਹੀਂ ਹੁੰਦਾ, ਸਾਰਾ ਕੁਝ ਚੋਰੀ ਦਾ। ਅਸੀਂ ਪਰਸੋਂ ਤੁਹਾਡੇ ਨਾਲ ਇਹ ਗੱਲ ਦੀ ਸਾਂਝ ਪਾਈ ਸੀ ਭਾਈ, ਭਾਈ ਪਰਸੋਂ ਨੂੰ ਆ ਕੇ ਦੱਸਾਂਗੇ ਨਾਮ ਕੀ ਹੈ। ਹੁਣ ਸਾਧ ਸੰਗਤ ਜਿਨ੍ਹਾਂ ਨੇ ਧਿਆਨ ਟਿਕਾਉਣਾ ਹੁੰਦਾ ਹੈ, ਬਿਰਤੀ ਜੋੜਨੀ ਹੁੰਦੀ ਹੈ, ਉੱਥੇ ਕੋਈ ਪੰਜਾਂ ਦਸਾਂ ਜਾਂ ਵੀਹਾਂ ਸ਼ਬਦਾਂ ਦਾ ਅੱਖਰ ਨਹੀਂ ਚਾਹੀਦਾ, ਉੱਥੇ ਬਹੁਤ ਸੰਖੇਪ ਅੱਖਰ ਹੋਣੇ ਚਾਹੀਦੇ। ਜਿਵੇਂ ਹਿੰਦੂ ਭਰਾ ਬੜਾ ਛੋਟਾ ਓਮ ਕਹਿੰਦੇ ਹੈ, ਮੁਸਲਮਾਨ ਅੱਲਾ ਕਹਿੰਦੇ ਹੈ, ਈਸਾਈ ਗੋਡ ਕਹਿੰਦੇ ਹੈ। ਕਹਿੰਦੇ ਸਤਿਯੁਗ ਦੇ ਵਿੱਚ ਜਦੋਂ ਇਤਿਹਾਸ ਪੜ੍ਹੀਦਾ ਨਾ, 16 ਅੱਖਰਾਂ ਦਾ ਨਾਮ ਹੁੰਦਾ, ਜਦੋਂ ਤ੍ਰੇਤਾ ਆਇਆ 12 ਅੱਖਰ ਰਹਿ ਗਏ, ਜਦੋਂ ਦੁਆਪਰ ਆਇਆ ਅੱਖਰ ਰਹਿ ਗਏ 4, ਵਾਹਿਗੁਰੂ 8 ਅੱਖਰ ਰਹਿ ਗਏ ਦੁਆਪਰ ਦੇ ਵਿੱਚ, ਤੇ ਕਲਯੁਗ ਦੇ ਵਿੱਚ 4 ਅੱਖਰਾਂ ਦਾ ਨਾਮ ਹੈ, ਉਹ ਕਿਹੜਾ ਹੈ? ਉਹ ਹੈ ਵਾਹਿਗੁਰੂ। ਸਾਧ ਸੰਗਤ 3 ਦਿਨ ਗੁਰੂ ਨਾਨਕ ਮਹਾਰਾਜ ਵੇਈ ਨਦੀ ਦੇ ਰਾਹੀਂ ਸੱਚਖੰਡ ਜਾਂਦੇ ਹੈ ਤੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਨਾਮ ਲੈ ਕੇ ਆਉਂਦੇ ਆ। ਇਹ ਉਹ ਨਾਮ ਹੈ ਜਿਹਨੂੰ ਗੁਰੂ ਨਾਨਕ ਮਹਾਰਾਜ ਫਿਰ ਜਗਤ ਵਿੱਚ ਵਰਤਾਉਂਦੇ ਹੈ, ਇਹ ਉਹ ਨਾਮ ਹੈ ਜਿਹਦੇ ਤੇ ਅਕਾਲ ਪੁਰਖ ਦੀ ਮੋਹਰ ਲੱਗੀ ਹੋਈ ਹੈ, ਪ੍ਰਵਾਨ ਹੋਇਆ ਅਕਾਲ ਪੁਰਖ ਦੇ ਵੱਲੋਂ। ਤੇ ਸਾਧ ਸੰਗਤ ਅੱਜ ਅਸੀਂ ਕਹਿੰਦੇ ਹਾਂ ਜੀ ਸਾਨੂੰ ਨਾਮ ਨਵਾਂ ਚਾਹੀਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ, ਜਿਹੜਾ ਗੁਰੂ ਦੁਆਰਾ ਹਿੰਦੂ ਰਾਮ ਰਾਮ ਜਪਣ, ਮੁਸਲਮਾਨ ਅੱਲਾ ਖੁਦਾ ਮੌਲਾ ਆਖਣ, ਉਹਨਾਂ ਨੂੰ ਮੁਬਾਰਕ ਹੈ। ਪਰ ਜੇ ਆਪਾਂ ਆਪਣੇ ਆਪ ਨੂੰ ਗੁਰੂ ਕੇ ਸਿੱਖ ਖਵਾਉਂਦੇ ਹਾਂ ਨਾ, ਫਿਰ ਸਾਡੇ ਵਾਸਤੇ ਹੁਕਮ ਹੈ ਮਹਾਰਾਜ ਦਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਭਾਈ ਗੁਰਦਾਸ ਜੀ ਕਹਿੰਦੇ ਫਿਰ ਭਾਈ ਤੈਨੂੰ ਕਿਤੋਂ ਗੁਰਮੰਤਰ ਲੈਣ ਦੀ ਲੋੜ ਨਹੀਂ, ਉਹ ਮੰਤਰ ਗੁਰਮੰਤਰ ਉਹ ਮੰਤਰ ਜਿਹੜਾ ਗੁਰੂ ਦੁਆਰਾ ਬਖਸ਼ਿਆ ਗਿਆ,
ਤੇ ਗੁਰੂ ਦੁਆਰਾ ਬਖਸ਼ਿਆ ਗਿਆ ਮੰਤਰ ਹੈ ਵਾਹਿਗੁਰੂ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਸਾਂ ਪਾਤਸ਼ਾਹੀਆਂ ਨੇ ਬਿਨਾਂ ਭਿੰਨ ਭੇਦ ਜਾਤ ਵਰਨ ਦੇ, ਬਿਨਾਂ ਭਿੰਨ ਭੇਦ ਤੋਂ ਇਹ ਵਾਹਿਗੁਰੂ ਮੰਤਰ ਜੱਗ ਵਿੱਚ ਵਰਤਾਇਆ। ਰਾਜਿਆਂ ਕੋਲ, ਰਾਕਸ਼ਾਂ ਕੋਲ, ਚੋਰਾਂ ਕੋਲ, ਡਾਕੂਆਂ ਕੋਲ ਜਗ੍ਹਾ ਜਗ੍ਹਾ ਜਾ ਕੇ ਮਹਾਰਾਜ ਨੇ ਆਵਾਜ਼ ਦਿੱਤੀ। ਜਗ੍ਹਾ ਜਗ੍ਹਾ ਜਾ ਕੇ ਸਤਿਗੁਰਾਂ ਨੇ ਇਸ ਗੱਲ ਦੀ ਸਾਧ ਸੰਗਤ ਆਵਾਜ਼ ਦਿੱਤੀ ਕਿ ਭਾਈ ਕਲਯੁਗ ਦਾ ਸਮਾਂ ਹੈ, ਕਲਯੁਗ ਮੇਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ, ਕਲਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸੱਚਾ ਲਾਏ ਪਿਆ। ਕਹਿੰਦੇ ਕਲਯੁਗ ਕਰਮ ਕਾਂਡਾਂ ਦਾ ਨਹੀਂ, ਸਤਯੁਗ ਸੱਤੀ ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨ ਯੁਗ ਤੀਨੋਂ ਹੀ ਦਿਰੜੇ, ਕਲ ਕੇਵਲ ਨਾਮ ਉਧਾਰ। ਤੇ ਹੁਣ ਨਾਮ ਲੱਭਣ ਦੀ ਸਾਨੂੰ ਲੋੜ ਕੋਈ ਨਹੀਂ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਭਾਈ ਗੁਰਦਾਸ ਦੀ ਵਾਰ ਵੀ ਆਉਂਦੀ ਹੈ ਕਿ ਵਾਹਿਗੁਰੂ ਬਣਿਆ ਕਿਵੇਂ, ਵਾਹਵਾ ਅੱਖਰ ਲਿਆ ਸਤਯੁਗ ਵਿੱਚੋਂ ਵਾਸਦੇਵ ਤੋਂ, ਵਾਹਵਾ ਸਾਧ ਸੰਗਤ ਸਤਯੁਗ ਵੇਲੇ ਦਾ ਅੱਖਰ ਜਿਹੜਾ ਹਾਹਾ ਦੁਆਪਰ ਤੋਂ ਹਰੀ, ਗੱਗਾ ਕਲਯੁਗ ਦਾ ਅੱਖਰ ਸੀ ਗੋਬਿੰਦ, ਰਾਰਾ ਜਿਹੜਾ ਹੈ ਤ੍ਰੇਤੇ ਦਾ ਅੱਖਰ ਸੀ ਰਾਮ, ਚਾਰੇ ਚਾਰੇ ਯੁੱਗਾਂ ਦਾ ਇੱਕ ਇੱਕ ਅੱਖਰ ਲੈ ਕੇ ਭਾਈ ਗੁਰਦਾਸ ਜੀਆਂ ਦੀ ਵਿਚਾਰਧਾਰਾ ਹੈ, ਉਹਨਾਂ ਦੀ ਵਾਰ ਆਉਂਦੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਕੇ ਵੇਖਿਓ ਜੇ ਕਿਸੇ ਨੂੰ ਸ਼ੰਕਾ ਹੋਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ ਹੈ, ਸਤਿਗੁਰੂ ਕਹਿੰਦੇ ਸਾਰ ਮੰਤਰ ਚਾਰੋਂ ਕਾ ਚਾਰ, ਕਹਿੰਦੇ ਇਹ ਹੈ ਨਿਚੋੜ ਸਾਰ ਤਤ ਚਾਰਾਂ ਯੁੱਗਾਂ ਦਾ। ਵਾਹਿਗੁਰੂ ਮੰਤਰ ਨਿਰਧਾਰ, ਕਲਪ ਕਲਪ ਪੱਤਰ ਅਕਸ਼ਰ ਕਹੀ, ਇੱਕ ਇੱਕ ਅੱਖਰ ਦੇ ਵਿੱਚ ਬੜਾ ਕੁਝ ਲੁਕਿਆ। ਕਲਪ ਕਲਪ ਪੱਤਰ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ ਨਿਜ ਆਤਮ, ਇਹੋ ਹੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਨਿਜ ਆਤਮ ਪਰਮਾਤਮ ਦਰਸਾਇਓ, ਇਹ ਉਹ ਸ਼ਬਦ ਹੈ ਜਿਹੜਾ ਆਤਮਾ ਤੇ ਪਰਮਾਤਮਾ ਦੇ ਵਿਚਾਲੇ ਪੁੱਲ ਦਾ ਕੰਮ ਕਰਦਾ, ਦੋਨਾਂ ਨੂੰ ਮਿਲਦਾ ਹੈ, ਜਿਹੜਾ ਸਾਡੀ ਆਤਮਾ ਨੂੰ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ। ਨਿਜ ਆਤਮ ਪਰਮਾਤਮ ਦਰਸਾਇਓ, ਚਾਰ ਕਲਪ ਮੈਂ ਮੰਤਰ ਸਰਸਾਇਓ, ਕਹਿੰਦੇ ਚਾਰਾਂ ਅੱਖਰਾਂ ਵਿੱਚ। ਗੁਰੂ ਸਾਹਿਬ ਕਹਿੰਦੇ ਚਾਰਾਂ ਅੱਖਰਾਂ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਮੰਤਰ ਦੇ ਦਿੱਤਾ, ਸਾ ਮੰਤਰ ਪ੍ਰਭ ਖਾਲਸਾ ਦੀਨਾ। ਵਾਹਿਗੁਰੂ ਆ ਹੇ
ਵਾਹਿਗੁਰੂ ਵਾਹਿਗੁਰੂ ਜਪ ਲੈ ਕਰਕੇ ਸਾਡੇ ਵਾਸਤੇ ਸਿੱਖਾਂ ਵਾਸਤੇ ਪਾਤਸ਼ਾਹ ਨੇ ਵਾਹਿਗੁਰੂ ਸ਼ਬਦ ਦਿੱਤਾ ਹੈ। ਵਿਚਾਰ ਤੁਹਾਡੇ ਨਾਲ ਕਰ ਰਹੇ ਹਾਂ, ਹੈ ਥੋੜ੍ਹੀ ਜਿਹੀ ਸਮਝਣ ਵਾਲੀ। ਧਿਆਨ ਦੇ ਕੇ ਸਾਨੂੰ ਪੰਜ ਸ਼ਬਦਾਂ ਦੇ ਨਾਂ ਤੇ ਲੋਕ ਭਰਮਾਈ ਜਾਂਦੇ ਹੈ, ਆ ਕੇ ਕਹਿਣਗੇ ਜੀ ਤੁਹਾਨੂੰ ਪੰਜ ਸ਼ਬਦਾਂ ਦਾ ਪਤਾ ਹੈ। ਵਿਚਾਰੇ ਪਿੰਡਾਂ ਦੇ ਨਗਰਾਂ ਦੇ ਭੋਲੇ ਸਿੱਖ ਹੁੰਦੇ ਆ ਜਿਨ੍ਹਾਂ ਨੇ ਗੁਰਬਾਣੀ ਨਹੀਂ ਵਾਚੀ ਹੁੰਦੀ, ਤੇ ਉਹ ਕਹਿਣਗੇ ਸਾਨੂੰ ਤਾਂ ਪਤਾ ਨਹੀਂ। ਕਹਿੰਦੇ ਫਿਰ ਤੂੰ ਨਾਮ ਕਾਹਦਾ ਜਪਦਾ ਲਿਆ, ਤੈਨੂੰ ਪੰਜ ਸ਼ਬਦ ਦਵਾ ਕੇ ਲਿਆਵਾਂ। ਇਹੋ ਹੀ ਕੁਛ ਸੀ ਸਿਰਸੇ ਵਾਲੇ ਦਾ, ਪੰਜ ਸ਼ਬਦ। ਪੰਜਾਂ ਸ਼ਬਦਾਂ ਦੇ ਜਦੋਂ ਅਰਥ ਕੀਤੇ, ਪੰਜਾਂ ਸ਼ਬਦਾਂ ਦੇ ਬਾਰੇ ਜਦੋਂ ਇਤਿਹਾਸ ਦੇ ਵਿੱਚੋਂ ਪੜ੍ਹਿਆ, ਪੰਜ ਸ਼ਬਦ ਕਿਸੇ ਅੱਖਰਾਂ ਦਾ ਨਾਂ ਨਹੀਂ ਸੀ, ਧਿਆਨ ਦਿਓ। ਪੰਜ ਸ਼ਬਦ ਜਦੋਂ ਇਤਿਹਾਸ ਵਿੱਚ ਪੜ੍ਹਿਆ, ਇਹ ਤੇ ਸਾਧ ਸੰਗਤ ਸੰਗੀਤ ਦੇ ਸਾਜਾਂ ਦਾ ਨਾਂ ਸੀ। ਪੰਜ ਸ਼ਬਦ ਜਿਹੜਾ ਇਹ ਅੱਖਰਾਂ ਦਾ ਨਾਂ ਨਹੀਂ, ਜਿਵੇਂ ਅੱਜ ਕੱਲ੍ਹ ਦੇ ਸਾਧ ਸੰਗਤ ਚਾਟੜੇ ਸਾਨੂੰ ਤੋੜ ਮਰੋੜ ਕੇ ਰੱਬ ਦੇ ਨਾਂ ਦੇ ਪੰਜ ਸ਼ਬਦ ਬਣਾ ਕੇ ਦੇ ਦਿੰਦੇ ਹੈ। ਇਹ ਕਿਸੇ ਅੱਖਰਾਂ ਦਾ ਨਾਂ ਨਹੀਂ, ਇਹ ਸਾਜਾਂ ਦਾ ਨਾਂ ਹੈ, ਸੰਗੀਤ ਦਾ, ਜਿਨ੍ਹਾਂ ਗੁਰਮੁਖਾਂ ਦੀ, ਸਾਧੂਆਂ ਦੀ, ਮਹਾਂਪੁਰਖਾਂ ਦੀ, ਰਿਸ਼ੀਆਂ ਮੁਨੀਆਂ ਜੋਗੀਆਂ ਦੀ ਬਿਰਤੀ ਇਕਾਗਰ ਹੋ ਕੇ ਵਾਹਿਗੁਰੂ ਦੇ ਵਿੱਚ ਜੁੜੀ, ਤੇ ਸਾਧ ਸੰਗਤ ਉਹਨਾਂ ਨੇ ਅਕਾਲ ਪੁਰਖ ਦੇ ਦਰ ਤੇ ਇੱਕ ਸੰਗੀਤ ਵੱਜਦਾ ਸੁਣਿਆ। ਆਵਾਜ਼ ਵੱਖੋ ਵੱਖਰੀ ਸੀ। ਬਹੁਤੇ ਸਾਜਾਂ ਦੀ ਜਿਹੜੀ ਕਾਢ ਹੈ ਨਾ, ਬਹੁਤੇ ਸਾਜਾਂ ਦੀ, ਇਹ ਮਹਾਂਪੁਰਸ਼ਾਂ ਨੇ ਕੱਢੀ। ਮਹਾਨ ਵਿਅਕਤੀ ਜਿਹੜੇ ਧਾਰਮਿਕ ਲੋਕ ਹੋਏ ਹੈ, ਜਿਸ ਤਰ੍ਹਾਂ ਬੰਸਰੀ ਹੈ, ਇਹ ਕਹਿੰਦੇ ਕ੍ਰਿਸ਼ਨ ਨੇ ਬਣਾਈ ਸੀ, ਜਿਹੋ ਜਿਹਾ ਉਹਨਾਂ ਨੇ ਆਪਣੇ ਅੰਦਰ ਵੱਜਦਾ ਸੁਣਿਆ। ਘੱਟ ਘੱਟ ਵੱਜੈ ਨਾਦ, ਇੱਕ ਜਗ੍ਹਾ ਗੁਰਬਾਣੀ ਵਿੱਚ ਆਉਂਦਾ, ਪੰਚੇ ਸ਼ਬਦ ਵੱਜੇ ਮਤ ਗੁਰਮਤ, ਵਡਭਾਗੀ ਅਣਹਦ ਵੱਜਿਆ। ਪੰਚੇ ਸ਼ਬਦ ਵੱਜੇ ਮਤ ਗੁਰਮਤ, ਵਡਭਾਗੀ ਅਣਹਦ ਵੱਜਿਆ। ਆਨੰਦ ਮੂਲ ਰਾਮ ਸਭ ਪੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਸੋ ਪੰਜ ਸ਼ਬਦ ਪੰਜ ਤਰ੍ਹਾਂ ਦੇ ਸਾਜਾਂ ਦਾ ਨਾਂ ਹੈ। ਜਦੋਂ ਬਿਰਤੀਆਂ ਇਕਾਗਰ ਹੁੰਦੀਆਂ, ਮਨ ਚੁੱਪ ਕਰ ਜਾਂਦਾ ਨਾ, ਮਨ ਜੀਭਾ ਤਾਂ ਆਪਾਂ ਚੁੱਪ ਕਰਾ ਲੈਂਦੇ ਹਾਂ, ਸੌਖਾ ਹੈ। ਪਰ ਮਹਾਰਾਜ ਕਹਿੰਦੇ ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵ ਤਾਰ, ਲਗਾਤਾਰ ਲਿਵ ਲਾ ਕੇ ਬੈਠਾ ਰਵਾਂ ਤਾਂ ਵੀ ਮਨ ਨਹੀਂ ਚੁੱਪ ਕਰਦਾ। ਮਨ ਨੂੰ ਚੁੱਪ ਕਰਾਉਣਾ ਕਿਸੇ ਵਿਰਲੇ ਨੇ, ਕਿਉਂਕਿ ਮੂੰਹ ਦੇ ਤਾਂ ਇੱਕ ਜੀਭ ਹੈ, ਮਨ ਦੇ ਅਸੰਖ ਜੀਭਾਂ ਨੇ, ਪਤਾ ਨਹੀਂ ਕਿੰਨੀਆਂ ਕੁ ਜੀਭਾਂ ਲੱਗੀਆਂ ਨੇ। ਵਿਚਾਰ ਨੂੰ ਮੋੜੀਏ,
पांच शब्द केड़े है, पांच साज ने, तंत वृत कन नाद सुखिर। ए तंती साज जेडे तारां दी शो तो वजदे, जिस तरह रबाब सतार गिटार सरंदा, इन्हां नूं तंती साज कहिंदे। वृत जेडे मड़े हुंदे आ, जिवें ढोलक है, तबला है, ढोल है, नगारा है, मड़े हुए वृत। फिर आ गया कन, जेडे दो दे टकराउण तों आवाज निकलदी है, जिस तरह चिमटे टलियां खड़तालां, एक कान। फिर आ गया नाद, खाली थां चो आवाज पैदा करनी, जिवें घड़ा हुंदा है। फिर आ गया सुखिर, जिहड़ी आवाज हवा दे नाल पैदा हुंदी है, हवा दे आसरे, जिस तरह बंसरी आया, हारमोनियम है, होर शहनाई वगैरह। ए पंज तरह दे साज सी जिन्हां नूं गुरमुख प्यारियां ने, साधु महात्मा ने सुनिया, ते इन्हां नूं ही पंज शब्द आखिया। कोई रब दा नां वखरे वखरे तौर ते तोड़ के सानू दे देना, जी आ लो पंज शब्द असी दिने। ते सिरसे वाले दी तां होर कमाल वेखी, जदों इहदे पंज शब्द साध संगत वेखे, भावें इह कहिंदे आ वी दस्सिओ किसे नूं ना, तुहाडे कोल नहीं रहना कख वी, पर धन गुरु नानक महाराज ने उच्ची आवाज दे विच जगत दे विच शेर वांगू सिंह बुके, भाई गुरदास जी कहिंदे सिंह बुके, जिस तरह शेर बुकदा है ना मिर्ग भजदे है, सिंह बुके मिर्गावली पन्नी जाए, पन्नी जाए ना धीर धरोआ। इस तरह महाराज ने सिंह नाद दे विच उच्ची आवाज दे विच लोकां नूं आख्या, भाई आ है वाहिगुरु दा नाम ते ए जपो, लको के नहीं। माड़ियां चीजां दा तां सुनिया सी, किसी नूं तोड़ लग जांदी वी फलाने दे घर नशा मिलदा, वो नशा दे दिंदा, कहिंदा वी लै तां जा, किते पुलिस दा मुखबर तां नहीं तूं, किते होर घंटे नूं पुलिस दीआं धाड़ां चढ़ के आ जाण, गांह तां नहीं दसदा, पहलां परखदे आं। साध संगत इसे तरह माड़े चीजां दी तां सुनिया सी वी ब्लैक हुंदी है, लको रखिया जांदा है, चंगी चीज तां महाराज कहिंदे वंडो। ते इत्थे कलयुग दा इहो जिहा समां, इत्थे साध संगत कहिंदे जी नाम दी वी ब्लैक हुंदी है, जे गांह दसदा तुहाडे पल्ले नहीं रहना, पता सारिआं नूं आ, लै सानूं वी पता की है, की है उह गुरबाणी चों उहनां ने लिया होया। ते शब्द पढ़ लिओ रसना राम राम बखान, गुण गोपाल उचार दिन रैन भए कलमल हान, त्याग चलना सगल संपत काल सर पर जान। आ शब्द है भी आ सारा कुछ छड के तुर जाना है काल, ते उन्होंने ना वड्डा सारा डराउणा जिहा, असीं तां वेख्या नहीं, लोग दसदे वड्डा सारा डराउणा जिहा बना के ना उन्होंने, कहिंदे संगल पाए होए जी, काल बन्निया होया है, इत्थे काल बन्ने। ते साढ़े ना हरियाणे च दीवान सी, गदराणा पिंड है, उत्थे भी बहुत वड्डा, कई साल हो गए पहलां दी गल है, बहुत वड्डा उन्हां दा सिरसे वालिआं दा डेरा सी, उत्थे भी साध संगत वड्डी सारी मूर्ति बना के, काली जी डराउणी जी, कहिंदे इदू चार पंज गुणा वड्डी मूर्ति उत्थे लाई हुई है, कहिंदे काल बन्ने आ संगलां दे नाल, वी भला पुछण वाला होवे वी काल नूं कौण बन्न सकदा है, अकाल तां केवल ओ अकाल पुरख है, बाकी सारे काल दे अधीन ने, आपां सारे काल दीआं ग्रहियां। गुरु गोबिंद सिंह महाराज कहिंदे एक शिव भए एक गए एक फिर भए, रामचंद्र कृष्ण के अवतार भी अनेक है। आ कहिंदी है सतगुरां दी बाणी, महाराज कहिंदे राणा राओ ना को रहै रंग ना तुंग फकीर, वारी आपो अपनी कोई ना बंधा तीर। संसार तो हार एक ने जाना है, सच मुच जाना है, आपां दुनिया जांदी वेखदे आ, दुनिया हर एक ने जाना है, काल नूं कौण बन्न सकदा है, उहनूं पुछण वाला होवे भलिया मानसा, तेरे तो पहलां
तेरे तो पहला सतनामा गया, उदू पहला मस्ताना गया, भी उन्हू नहीं काल ने खादा। तेरे तो पहला दो चले गए, उन्होंने तो घट तंग किया होना है, ते तेनू सब तो वध काल का डर लगता है। आले दुआले जड सुरक्षा ला रखी है, तेनू सब तो वध काल तो डर लग रहा है। पता नहीं रात को नींद आती है कि नहीं आती। छेवें पातशाह गुरु हरगोबिंद साहब महाराज नू ग्वालियर के किले दे विच कैद करके जहांगीर सुख की नींदे नहीं सी सुता। नूर जहां उहदी बेगम सी, रात नू डर डर के उबड़वाए उठना। गुरु के सिखां ने शेर बन के छाती ते बह जाना। अखीर 27वें महीने, कई कह दिंदे 12 साल महाराज ग्वालियर के किले विच रहे, केवल 27 महीने गुरु हरगोबिंद साहब महाराज छेवें पातशाह केवल ते केवल 27 महीने ग्वालियर के किले विच रहे है। 1959 तो पहला एक लेखक कहिंदे उत्थे एक पत्थर लग्या होया सी ग्वालियर के किले च, जिहदे उत्ते लिखिया होया सी बंदी छोड़ दाता। ते बाद विच किसी ने वह मिटा दिता भी सिखे जगह ते कब्जा ना कर लैन। ते हुण भावें उत्थे अस्थान सिखां दा बाद दे विच बन गया, पर एक बारी मिटाउण दा जतन कीता ते साध संगत अज दे रहिबरां नूं जेल दे नां तों इन्ना डर लगदा, इन्ना डर लगदा। उह कहिंदे जिहड़ी पार्टी नूं मर्जी सपोर्ट, जिहड़ी पार्टी नूं मर्जी वोट दे दिओ, पा दिओ, मैनूं बचाओ केसां तों, मैनूं बचाओ जेल तों, इन्ना डर लगदा। साध संगत लोक बिपता दे मारे जांदे है, बिपता दे मारे, दुखां दे मारे, ओह साध संगत किसे होर दे कंधेड़ी चाड़ के उन्हां दीआं बिपता दुखां विच वाधा कर दिंदा। जी फरमान आ गया फलाने नूं वोट पाउणी, टमकाने नूं पाउणी है, अपनी जान अपनी बंद खलासी, थोड़ा जिहा डंडा विखाया CBI ने ते डरदिआं साध संगत किसे नूं अपनी वोट सपोर्ट दे दित्ती वी मैनूं बचाओ किसे तरीके। ते कहणगे जी काल बन्ने है, ओए हरनाक्ष कित्थे चलिया गया, जिहड़ा कहिंदा सी ना दिने मरां ना रात मरां, ना जीवी ते मरां ना आसमान च मरां, कित्थे है हरनाक्ष अज, कित्थे गया रावण? कहिंदा सी मैं अपनी धुनी च, मेरे अमृत कुंड है, जे मैं मर भी गया फिर जिउंदा हो जाऊंगा। अज कित्थे है रावण? नजर आउंदा कित्थे? 1 लख पूत 1.25 लख नाती, तै रावण घर दिया ना बाती। अज हरनाक्ष की समाध बनी, कितने वेखी किसे रावण की जगह वेखी? हर दशहरे एक भुल की, एक भुल सीता नू चुक के लै गया, साल दी साल दशहरे वाले दिन, वह केड़ा शहर है जिथे बेचारे नहीं साड़िया जाता? भी दसो काल नू कौन बन सकता है लोगों बेवकूफ बनाने वास्ते? जे इतने काल बनिया होया भी दो तो पहला चले गए, तीजा तू है, तेनू सब तो वध डर लगता हुण काल दा, तेनूं सब तो वध डर लग रहा है। आ गुरबाणी का शब्द है, त्याग चलना सगल संपत काल सिर पर जान, मेखण मोह दरंत आसा, झूठा सर पर मान। महाराज कहिंदे आ जिहड़ा मोह है, आस है, यह सब कुछ सारा संसार झूठा है। इहदे आसरे उन्होंने अपना एक पखंड का जाल बुन लिया। अगे शब्द आउंदा सत पुरख अकाल मूर्त हृदय धारो ध्यान, उन्होंने दो पंक्तियां बदल दित्तियां विच्चों। सत पुरख अकाल मूर्त उही रह गया, पिछले शब्द बदल के मस्ताने वेले सत शब्द सी, हुण पंज कर दित्ते। साध संगत गुरबाणी दीआं पंक्तियां बदल के उन्होंने सत पुरख अकाल मूर्त, यह गुरबाणी है, शब्द स्वरूपी राम अपने कोलों ला दिता। आ उन्हां दा नाम है सत पुरख अकाल मूर्त शब्द स्वरूपी राम, यह कोलों लाता। पहला मस्ताना ब्यास तो आया सी, जिहड़ा ब्यास वाले दा नाम कोई होर है, रहो विचार, जिहड़ा उन्होंने नाम दिता मस्ताने ने बदलिया, फिर मस्ताने ने अपना नाम बदलिया, फिर आप तीन शब्द गुरबाणी दे दो शब्द साध संगत कोलों ला के ते अपना नाम बना के लोगों दियां कन्नां विच फुक्का मारी जांदा। कन्नां बाटा कुर, तू मेरा चेला ते मैं तेरा गुर। अद्धे अद्धे सानू नाम दे नां ते पंज शब्दां दे नां ते लुट के खा गए, अद्धे सिखां नू पखंडी, ते अद्धे साध संगत जोत दे नां ते लुट्टी जांदे, अद्धे जोत दे नां ते लुट्टी जांदे। पता की कहिंदे? कहिंदे वी सिखो नाम जपदे जोत दिसी के नहीं दिसी? कहणगे जी सानू तां नहीं दिसी।
ਕਹਿਣਗੇ ਵੀ ਨਾਮ ਕਾਹਦਾ ਜਪਦੇ ਤੁਸੀਂ ਆਓ ਮੈਂ ਲੈ ਕੇ ਚੱਲਾਂ ਜੋਤ ਵਿਖਾ ਕੇ ਲਿਆਵਾਂ। ਤੇ ਸਾਧ ਸੰਗਤ ਇੱਕੋ ਵਜਿਆ ਇੱਕ ਪਿੰਡ ਵਿੱਚ ਦੋ ਸੱਪਾਂ ਵਾਲੇ ਇਕੱਠੇ ਆ ਜਾਣ ਤੇ ਦੋਨਾਂ ਦੀ ਇਕੱਠ ਘੱਟ ਹੋਊਗਾ, ਫਿਰ ਇੱਕ ਸੱਪ ਲੈ ਕੇ ਆ ਜਾਂਦਾ ਇੱਕ ਰਿੱਛ ਲੈ ਕੇ ਆ ਜਾਂਦਾ ਹੈ। ਹੁਣ ਉਹਨੇ ਆਖਿਆ ਵੀ ਨਾਮ ਵਾਲੇ ਤਾਂ ਬਹੁਤੇ ਹੋ ਗਏ ਕੰਨਾਂ 'ਚ ਬੂਕਾ ਮਾਰਨ ਵਾਲੇ, ਇੱਕ ਉੱਠਿਆ ਸਾਧ ਸੰਗਤ ਆਸ਼ੂਤੋਸ਼ ਨੂਰਮੈਲ ਰਹਿੰਦਾ ਤੇ ਉਹ ਸਿੱਧੇ ਹੀ ਜੋਤ ਵਿਖਾਉਂਦਾ, ਕਹਿੰਦਾ ਰਾਤ ਨੂੰ ਰੱਜ ਕੇ ਸ਼ਰਾਬ ਪੀਓ, ਜੋ ਮਰਜ਼ੀ ਵਿਕਾਰ ਭੋਗੋ, ਸਵੇਰੇ ਆ ਜਾਓ ਅੱਖਾਂ ਘੁੱਟ ਕੇ ਜੋਤ ਵਿਖਾ ਦਿਆਂਗਾ, ਰੱਬ ਵਿਖਾ ਦਿਆਂਗਾ। ਤੇ ਅੱਧੇ ਜੋਤ ਦੇ ਨਾਂ ਤੇ ਠੱਗੇ ਜਾਂਦੇ, ਇਹ ਤਾਂ ਕੁਦਰਤੀ ਗੱਲ ਹੈ, ਤੁਸੀਂ ਬੈਠੇ ਹੋ ਅੱਖਾਂ ਮੀਚ ਕੇ ਉੱਤੋਂ ਦੋਨਾਂ ਉਂਗਲਾਂ ਨਾਲ ਘੁੱਟ ਲਓ, ਭੰਬੂ ਤਾਰੇ ਜੇ ਦਿਸਣ ਲੱਗ ਜਾਣਗੇ, ਇਹਨੂੰ ਹੀ ਜੋਤ ਕਹਿ ਦਿੰਦੇ। ਇਹ ਤਾਂ ਨਵੀਂ ਗੱਲ ਕਿਹੜੀ ਹੈ, ਸਾਡੀ ਬਾਣੀ ਹੀ ਗੁਰੂ ਸਾਹਿਬ 500 ਵਰਾ ਪਹਿਲਾਂ ਕਹਿ ਗਏ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਉਸ ਜੋਤ ਦੇ ਆਸਰੇ ਸਰੀਰ ਚੱਲਦਾ। ਕੀ ਜਾਂਦਾ ਸਰੀਰ ਵਿੱਚੋਂ? ਅੱਖਾਂ ਇੱਥੇ ਨੇ, ਕੰਨ ਇੱਥੇ ਨੇ, ਸਾਰੀ ਦੇਹੀ ਇੱਥੇ ਹੈ, ਗਿਆ ਕੀ? ਦਿਲ ਵੀ ਨਹੀਂ ਗਿਆ, ਫੇਫੜੇ ਨਹੀਂ ਗਏ, ਕਿਡਨੀ ਨਹੀਂ ਗਈ, ਲੀਵਰ ਨਹੀਂ ਗਿਆ, ਸਰੀਰ ਚੋਂ ਗਿਆ ਕੀ? ਸਰੀਰ ਖਤਮ ਹੋ ਗਿਆ। ਬਾਬਾ ਬੋਲ ਤੇ ਇੱਥੇ ਕਹਾਂ ਗਏ, ਕੀ ਗਿਆ ਸਰੀਰ ਦੇ ਵਿੱਚੋਂ? ਸਰੀਰ ਦੇ ਵਿੱਚੋਂ ਇੱਕ ਵਾਹਿਗੁਰੂ ਦੀ ਜੋਤ ਗਈ। ਇੱਕ ਅਕਾਲ ਪੁਰਖ ਨੇ ਆਪਣੀ ਕਲਾ ਖਿੱਚ ਲਈ, ਅਕਾਲ ਪੁਰਖ ਨੇ ਆਪਣੀ ਜੋਤ ਖਿੱਚ ਲਈ, ਹੋਰ ਤੇ ਕੱਖ ਵੀ ਨਹੀਂ ਗਿਆ ਸਰੀਰ ਦੇ ਵਿੱਚ, ਉਹਦੀ ਜੋਤ ਦੇ ਆਸਰੇ ਚੱਲਦਾ ਸੀ। ਵਾਹਿਗੁਰੂ ਨੇ ਆਪਣੀ ਕਲਾ ਖਿੱਚ ਲਈ ਤੇ ਸਾਧ ਸੰਗਤ ਸਰੀਰ ਮਿੱਟੀ ਬਣ ਗਿਆ। ਜਿੰਨਾ ਚਿਰ ਉਹਦੀ ਜੋਤ ਹੈ ਵਿੱਚ, ਕਿਤੋਂ ਅੰਗ ਗਲਦਾ ਹੈ, 10 ਦਿਨ 20 ਦਿਨ ਬੈਠੇ ਰਹੋ ਕੁਝ ਨਹੀਂ ਹੋਵੇਗਾ, ਤੇ ਜਦੋਂ ਆਪਣੀ ਜੋਤ ਖਿੱਚ ਲੈਂਦਾ 2 ਦਿਨ ਰੱਖਣਾ ਵੀ ਔਖਾ ਹੋ ਜਾਂਦਾ। ਇਹ ਤਾਂ ਨਵੀਂ ਗੱਲ ਕਿਹੜੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਮਹਾਰਾਜ ਕਹਿੰਦੇ ਇਦੋਂ ਵੀ ਗਾਂ ਪ੍ਰਮਾਣ ਦੇ ਕੇ ਸਗਲ ਬਨਸਪਤ ਮਹਿ ਬਸੰਤਰ ਸਗਲ ਦੁੱਧ ਮੈਂ ਘੀਆ। ਕਹਿੰਦੇ ਹਰ ਇੱਕ ਲੱਕੜ ਦੇ ਵਿੱਚ ਅੱਗ ਹੈ, ਹਰ ਇੱਕ ਦੁੱਧ ਦੇ ਵਿੱਚ ਘਿਓ ਹੈ। ਮਹਾਰਾਜ ਕਹਿੰਦੇ ਨਾਮ ਨਿਧਾਨ ਲਾਭ ਨਾਨਕ, ਮੋਹਰ ਲਾ ਕੇ 5ਵੇਂ ਪਾਤਸ਼ਾਹ, ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪ੍ਰਵਾਨ। ਕਹਿੰਦੇ ਮੈਂ ਤਾਂ ਬੜਾ ਸੌਦਾ ਕੀਤਾ ਹੈ, ਮੈਂ ਬੜਾ ਲਾਭ ਦਾ ਬੜਾ। ਕਹਿੰਦੇ ਇਹ ਤਾਂ ਸਾਰੇ ਹੀ ਸੌਦੇ ਘਾਟੇ ਦੇ ਸੀ, ਨਾਮ ਨਿਧਾਨ ਲਾਭ ਨਾਨਕ, ਵਾਹਿਗੁਰੂ ਦੇ ਨਾਮ ਦਾ ਜੇ ਤੇਰੇ ਕੋਲ ਖਜ਼ਾਨਾ ਤੇ ਇਹ ਸੌਦਾ ਲਾਹੇ ਵਾਲਾ, ਬਾਕੀ ਤੇ ਸਾਰੇ ਘਾਟੇ ਦੇ। ਇੱਕੋ ਚੰਗੀ ਹੈ ਤੇਰੇ ਨਾਮ ਵਾਲੀ ਰੱਤੜੀ, ਇੱਕੋ ਚੰਗੀ ਹੈ ਤੇਰੇ ਨਾਮ ਵਾਲੀ ਰੱਤੜੀ,
करनी जिते ना कोई मात पिता तेरा तेरा जिते ना कोई मात पिता उसे नाल ने पखंडी लोकां दा पखंड सानू इस समागमां दे विच वार वार विचारां ए करनियां पैंदियां ने क्योंकि संगत बदलमी हुंदी है हर एक जगह ते ते अजकल पखंडियां दा बहुता बोलबाला है तुहाडा नगरां दे विच वाह पैंदा रहिंदा है साडे दुआले तां भाई जिहड़े हुंदे शरदा वाले प्यार वाले जिहड़े मिलणगे कोई सवाल करन वाला दा घट ही किते ही मिलदा ते तुहाडी रोज जिद बहस हुंदी रहिंदी है पिंडां विच इस करके असीं तुहाडे तक गल्लां पहुंचाउणियां जरूरी समझदे आं सानू चोले पौने रहत विच रहना साडे वास्ते सौखा है साडे आले दुआले दा माहौल उहो जिहा सानू तुसीं मिलण वाले उहो जिहे हो तुहानू रहत विच अमृत छक के दाड़े रख के पग्गां बन के नगरां दे विच रहना तुहाडे वास्ते बड़ा मुश्किल है कारण की क्योंकि सत संगत तोड़न वाले माड़े मनमुख लोग बहुते मिलदे तुहाडे वास्ते बहुत औखा है असीं तुहाडे इस जज्बे नूं प्रणाम करदे हां इस जज्बे तो वार वार जांदे हां कि तुसीं सिक्खी सरूप दे विच अपनी वक्खरी पहचान कायम रख के बैठे हो असीं पहलां वी पंजाब दे विच वी नगरां विच इह गल आखदे हुंदे हां सानूं सौखा है साडे जथे दे मैंबरां नूं सौखा है क्योंकि साडा वातावरण इहो जिहा है ते तुसीं सत संगत चंगियां च मंदियां च रहिंदे हो कल एक विचार तुहाडे नाल सांझी कर रहे सी एक बीबी मनमुखां दे व्याही गई सारा नगर मनमुखां दा बताला नगर ते उहनूं कहण कबरां ते मत्था टेक दीवा बाल उह कहिंदी मैं तां पातशाह दी बाणी पढ़दी हाँ मेरे पातशाह कहिंदे हर बिन होर ना पूजो दुबधा ना पढ़ो हर बिन होर ना पूजो मड़े मसाण ना जो मैं नहीं किसे नूं मंदना अकाल पुरख तों बिना कहिंदे तैनूं आह होजू आह होजू ते फलाना तैनूं रोग लग जूगा कहिंदे जो होना है तां कर्मां दी खेड है जो होना है आई ना मेटण को समरथ जदों कुछ आउणा है उहनूं कोई इनसान मेटण दे समरथ नहीं है गुरु तों बिना अकाल पुरख तों बिना ते फिर मैं अपना धर्म क्यों गवावां वक्खरे कर दित्ता उहदा घर वाला आखे लग गया चंगा सी ते सब संगत कोई दो साल ढाई साल लंघे ऐसी करनी अकाल पुरख दी उहदा घर वाला चढ़ाई कर गया ते छोटा जिहा बालक साध संगत घर दे विच बालक ने जन्म लिया घर वाला चढ़ाई कर गया छोटा जिहा बच्चा ते उह वड्डा हुंदा जांदा उह माता ने अपना जात सात पक्का रख के लोकां दे ताने मेहने सुन के बच्चे नूं पालदी है जिहड़ी सत संगत चार किले जमीन आउंदी खेती करनी ते बच्चा वड्डा हुंदा जांदा है हौली हौली लोकां दा पता लगदा है अपणियां दा माड़ियां दा चंगियां दा ते उह बच्चे ने मां नूं इक सवाल पुछना आके मां नूं की पुछना उहने पुछना कि माता आ पिंड दे विच्चों छेई महीनी दोई महीनी हर वीरवार नूं लोग चिराग बालदे चाले जांदे है ते आपो अपने पीरां नूं मन्नदे अपना पीर कौन है ढोल वजदे जाण चाले जांदे लोग सखी सरवर दे ढोल वजदे जाने रोट चाढ़ने ते बच्चे दे मन ते असर पैना कहना मां अपना पीर कौन है ते सत संगत मां ने आखना भी अपना भी पीर है वह है पीरां दा पीर गुरु नानक साहब महाराज कहन लगा मां फिर मैनू भी गुरु नानक दे कोल लैके चल छेवें पातशाह दा समां सी मैनू भी लैके चल कहन लगी कि बच्चिया मैं तां एक यकीन करके बैठी हाँ एक यकीन
ਮੇਰੇ ਮਨ ਵਿੱਚ ਹੈ ਤੇ ਇਹੋ ਹੀ ਯਕੀਨ ਤੂੰ ਮਨ ਦੇ ਵਿੱਚ ਵਸਾਲਿਆ। ਜਿਸ ਦਿਨ ਆਪਣੇ ਭਾਗ ਹੋਏ ਨਾ, ਜਿਸ ਦਿਨ ਆਪਣੇ ਕਰਮ ਤੇ ਸਤ ਜਾਣੀ ਸਤਿਗੁਰੂ ਆਪ ਆਣ ਕੇ ਮਿਲਣ। ਮੈਂ ਯਕੀਨ ਦੇ ਨਾਲ ਜਿਉ ਰਹੀ ਹਾਂ ਤੇ ਕਹਿਣ ਲੱਗਾ ਮਾਂ ਜਦੋਂ ਸਤਿਗੁਰੂ ਮਿਲਣਗੇ ਤੇ ਫਿਰ ਮੈਂ ਕੀ ਕਰਾਂਗਾ। ਮਾਂ ਨੇ 125 ਰੁਪਈਆ ਇੱਕ ਗੁੜ ਦੀ ਰੋੜੀ ਪੱਲੇ ਬੰਨ੍ਹ ਦਿੱਤੀ। ਉਹਦਾ ਨਾਮ ਹੀ ਭਾਈ ਪੱਲਾ। ਗੁੜ ਦੀ ਰੋੜੀ 125 ਰੁਪਈਆ ਪੱਲੇ ਬੰਨ੍ਹ ਤਾਂ ਮਾਂ ਕਹਿੰਦੀ ਜਿਸ ਦਿਨ ਛੇਵੇਂ ਪਾਤਸ਼ਾਹ ਗੁਰੂ ਸਾਹਿਬ ਮਿਲਣ ਨਾਲ ਸਿੱਖ ਹੋਣਗੇ, ਸਨਾਦਬੱਧ ਹੋਣਗੇ, ਸ਼ਾਸਤਰਧਾਰੀ ਹੋਣਗੇ। ਕਹਿੰਦਾ ਮੈਂ ਪਹਿਚਾਨਾਂਗਾ ਕਿਵੇਂ। ਕਹਿਣ ਲੱਗੇ ਉਹਨਾਂ ਦੇ ਅੱਖਾਂ ਦਾ ਨੂਰ, ਉਹਨਾਂ ਦੀ ਅੱਖਾਂ ਦੀ ਚਮਕ, ਚਿਹਰੇ ਦਾ ਨੂਰ ਦੱਸ ਦੇਵੇਗਾ ਕਿ ਸੱਚੇ ਪਾਤਸ਼ਾਹ ਆ ਗਏ ਹੈ। ਤੇ ਉਹਨਾਂ ਨੂੰ ਕਾਹਲੀ ਬਹੁਤੀ ਹੋਣੀ ਹੈ, ਦੇਰ ਨਾ ਕਰੀ, ਆ 125 ਰੁਪਈਆ ਕੱਢੀ, ਗੁੜ ਦੀ ਰੋੜੀ ਰੱਖ ਕੇ ਸੱਚੇ ਪਾਤਸ਼ਾਹ ਦੇ ਅੱਗੇ ਮੱਥਾ ਟੇਕ ਦੇਵੀ। ਕਹਿੰਦਾ ਮੈਂ ਮੰਗਾ ਕੀ। ਮਾਂ ਕਹਿੰਦੀ ਹੈ ਜੇ ਮੰਗਣ ਦਾ ਸਮਾਂ ਆਇਆ ਤੇ ਇਹੋ ਹੀ ਮੰਗੀ ਕਿ ਇਹ ਸੱਚੇ ਪਾਤਸ਼ਾਹ ਮੈਨੂੰ ਹਮੇਸ਼ਾ ਤੇਰੇ ਦਰਸ਼ਨ ਹੁੰਦੇ ਰਹਿਣ। ਸਾਧ ਸੰਗਤ, ਉਹ ਬੱਚਾ 15, 16, 17 ਸਾਲਾਂ ਦਾ, 18 ਵਰਿਆਂ ਦਾ ਲਾ ਲਓ, ਇਸੇ ਤਰ੍ਹਾਂ ਹੋ ਗਿਆ ਤੇ ਇੱਕ ਖੇਤਾਂ ਵਿੱਚ ਜਾਣਾ ਉਹਨੇ ਸ਼ੁਰੂ ਕਰ ਦਿੱਤਾ। ਤੇ ਇੱਕ ਸਿੱਖ ਰਹਿੰਦੀ ਹੈ ਮਨ 'ਚ, ਇੱਕ ਆਸ ਰਹਿੰਦੀ ਹੈ ਜੋ ਮਾਂ ਨੇ ਸਿਖਾਇਆ। ਮਾਪਿਆਂ ਦੇ ਹੱਥ ਬਹੁਤ ਕੁਝ ਹੁੰਦਾ ਹੈ ਤੇ ਸਾਧ ਸੰਗਤ ਉਦੋਂ ਬਾਅਦ ਨੌਜਵਾਨਾਂ ਦੇ ਹੱਥ ਬੜਾ ਕੁਝ ਆ ਜਾਂਦਾ ਜੋ ਚਾਹੁਣ। ਕਈ ਤਾਂ ਮਾਪੇ ਕਹਿੰਦੇ ਬੱਚਿਆਂ ਨੂੰ, ਪਰ ਹੁਣ ਉਹ ਆਖੇ ਲੱਗਣ ਨੂੰ ਤਿਆਰ ਨਹੀਂ ਹੁੰਦੇ ਤੇ ਸਾਧ ਸੰਗਤ ਉਹ ਮਨ ਮਰਜ਼ੀਆਂ ਕਰਦੇ ਹੈ। ਇਸ ਤਰੀਕੇ ਮਾਵਾਂ ਦੀ ਗੱਲ ਕਰੀਏ, ਕੱਲ ਸਾਨੂੰ ਨੌਜਵਾਨ ਕਹਿੰਦੇ ਸਾਹਿਬਜ਼ਾਦਿਆਂ ਦੀ ਗੱਲ ਜ਼ਰੂਰ ਕਰਿਓ। ਸਾਹਿਬਜ਼ਾਦਿਆਂ ਦਾ ਜਿੱਥੇ ਸੰਸਕਾਰ ਹੋਇਆ ਸੀ ਨਾ, ਗੁਰਦੁਆਰਾ ਜੋਤੀ ਸਰੂਪ, ਸੰਸਕਾਰ ਸਾਧ ਸੰਗਤ ਇਕੱਠਿਆਂ ਦਾ ਹੋਇਆ ਤੇ ਸਾਹਿਬਜ਼ਾਦਿਆਂ ਦੀ ਸੰਸਕਾਰ ਵਾਲੀ ਜਿਹੜੀ ਜਗ੍ਹਾ ਸੀ ਉਹ ਅੰਦਰਲੇ ਬੰਨੇ ਤੇ ਮਾਤਾ ਗੁਜਰ ਕੌਰ ਦੀ ਜਗ੍ਹਾ ਬਾਹਰਲੇ ਬੰਨੇ। ਕਹਿੰਦੇ ਇਹ ਕੀ ਕਾਰਨ, ਸਭ ਤੋਂ ਮਹਿੰਗੀ ਜ਼ਮੀਨ ਹੈ ਸਿੱਖਾਂ ਦੇ ਕੋਲ। ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਸੇਠ, ਟੋਡਰ ਮੱਲ ਜਿਹੜਾ ਉਹਦਾ ਪੁਰਾਣਾ ਨਗਰ ਸੀ ਨਾ, ਭਵਾਨੀਗੜ੍ਹ ਦੇ ਨੇੜੇ ਆ ਸਾਡੇ ਕੋਲ, ਸੇਠ ਸੀ ਬਹੁਤ ਵੱਡਾ, ਖੜੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ ਤੇ ਉਸ ਜਗ੍ਹਾ ਦੀ ਕੀਮਤ ਇਤਿਹਾਸਕਾਰ ਕਹਿੰਦੇ ਉਹਨਾਂ ਸਮਿਆਂ 'ਚ 72 ਫੁੱਟ ਜਗ੍ਹਾ ਦੀ ਕੀਮਤ 1,09,00,000 ਰੁਪਈਆ। ਅੱਜ ਤੋਂ 300 ਤੇ ਕੇਵਲ 3 ਵਰੇ ਉੱਤੇ, 303 ਸਾਲ ਪਹਿਲਾਂ ਉਹ ਜਗ੍ਹਾ ਦੀ ਕੀਮਤ 1,09,00,000 ਇਤਿਹਾਸਕਾਰਾਂ ਨੇ ਦੱਸੀ ਤੇ ਅੱਜ ਦੇ ਸਮੇਂ 'ਚ ਹਿਸਾਬ ਲਾ ਲਓ ਕਿੰਨੀ ਬਣ ਗਈ ਹੋਣੀ। ਆਪਾਂ ਕਹਿੰਦੇ ਹਾਂ ਜੀ ਦਿੱਲੀ ਬੜਾ ਮਹਿੰਗਾ, ਚੰਡੀਗੜ੍ਹ ਬੜਾ ਮਹਿੰਗਾ, ਗੰਗਾਨਗਰ ਬੜਾ ਮਹਿੰਗਾ ਪਲਾਟ ਮਿਲਦਾ ਹੈ, ਅਮਰੀਕਾ ਕਨੇਡਾ 'ਚ ਬੜੇ ਮਹਿੰਗੇ ਘਰ ਮਿਲਦੇ ਹੈ, ਤੇ ਇਦੋਂ ਮਹਿੰਗੀ ਜਗ੍ਹਾ ਹੋਰ ਕਿਹੜੀ ਹੋ ਸਕਦੀ। ਇਹ ਤੇ ਖੜੀਆਂ ਮੋਹਰਾਂ ਮੁੱਲ ਤਾਰਿਆ ਸੀ ਤੇ ਬਾਅਦ ਦੇ ਵਿੱਚ ਸਾਧ ਸੰਗਤ ਸੇਠ ਟੋਡਰ ਮੱਲ ਨੂੰ ਸਮੇਤ ਪਰਿਵਾਰ ਦੇ ਖਤਮ ਕੀਤਾ ਸੀ ਸੂਬੇ ਵਜ਼ੀਰ ਖਾਨ ਨੇ, ਜਿਨ੍ਹਾਂ ਜਿਨ੍ਹਾਂ ਨੇ ਦੁੱਧ ਪਿਆਇਆ ਸੀ, ਮੋਤੀ ਰਾਮ ਮਹਿਰੇ ਵਰਗੇ ਜਿਨ੍ਹਾਂ ਦੁੱਧ ਛਕਾਉਣ ਦੀ ਸੇਵਾ ਕੀਤੀ ਉਹ ਕੋਹਲੂ ਥਾਣੀ ਦੀ ਪੀੜੇ ਗਏ। ਸੋ ਆਓ ਵਿਚਾਰ ਕਰਦੇ ਸੀ, ਉਹ ਕਹਿੰਦੇ ਜੀ ਇਹ ਸੰਸਕਾਰ ਤਾਂ ਇਕੱਠੇ ਹੋਇਆ ਤੇ ਜਗ੍ਹਾ ਵੱਖਰੀ ਕਿਉਂ। ਕਹਿਣ ਲੱਗੇ ਅੱਜ ਵੀ ਦਾਦੀ, ਅੱਜ ਵੀ ਕਹਿੰਦੇ ਦਾਦੀ ਆਪਣੇ ਪੋਤਰਿਆਂ ਦੀ ਰਾਖੀ ਬੈਠੀ ਹੈ। ਸਮਝਿਓ ਗੱਲ ਨੂੰ, ਜਿਸ ਘਰ ਦੇ ਵਿੱਚ ਮਾਂ, ਜਿਸ ਘਰ ਦੇ ਵਿੱਚ ਦਾਦੀ,
जिस घर दे विच साध संगत कोई भूआ कोई चाची कोई ताई अपने बच्चों नूं संभाल रही है सच जाणियो बहुत घट चांस होणगे उस घर दे विच बच्चे आग्ञाकारी ना होण। कोई माता गुजर कौर वर्गी सिक्ख्या दे के तां वेखे बच्चों नूं हुण तां बहुत समें बाद अज सानूं इह गल याद आई। सत अठ महीने तो सिरसे दे विवाद च ही लंघ गए। वेखो परिवार परिवार संभालना माता ठंडे बुरज विच लई बैठी है साहबजादियां नूं ठंडे बुरज विच कपड़ा नहीं दिता उत्ते लैण वास्ते छकण वास्ते हुक्म दे दिता इन्हां नूं देना कुछ नहीं। ठंडा बुरज वह जगह जिथे कदे बादशाह वजीर गर्मिया की रुत्ते जो बहुती गर्मी लगती आके बहिंदा होंदा उत्थे ठंडी हवा पैंदी उच्ची थां सी उहदा महीना इदों भी 20 दिन बाद इदों भी संत संगत बाद का समा जिहड़ा 11 12 13 पोह हुणी वेखो किन्नी ठंड है। असी वेख रहे हैं कल भी वेखिया सी जदों तुसीं संगत विच्चों उठे कपड़े तुहाडे पग्गां तुहाडियां भिज्जियां होईयां त्रेल पै रही है हवा वग रही है पर प्यार दे विच बज्जे सारे बैठे हो माइयां बीबियां बैठियां बच्चियां वालियां मातावां बैठियां इसे तरह साडे नौजवान वीर बैठे है साडे बजुर्ग बैठे है ठंड की परवाह नहीं किसी नूं भी ये गुरु साहिब दी निघी हजूरी है। ठंड भावें लगती है पर प्यार विच बन्ने बैठे हो तुसीं सारे ये सब तो वड्डा आशीर्वाद हुंदा एक बोलण वाले वास्ते संगत उहनूं ध्यान नाल सुने ना ये सब तो वड्डी असीस है उहदे वास्ते। ते 11 12 13 पोह चारे पासिओं खुली हवा एक साहिबजादे नूं माता खब्बे बन्ने एक नूं सज्जे बन्ने नाल ला के अपनी सत संगत छाती दे मां सिक्ख्या दे रही है बच्चो हमरे बंश इतिहास कहिंदा इतिहास दीआं पंक्तियां ने बच्चो हमरे बंश रीत इम आई सीस जाए पर धर्म ना जाई। अपने वंश की यह मर्यादा है अपने घर की सिर लग जाए। गुरु अर्जन देव महाराज की शहादत का जिक्र किया गुरु तेग बहादुर महाराज की शहीदी का जिक्र किया भाई मती दास भाई सती दास भाई दयाले की शहीदी का जिक्र कर करके माता बच्चों के मन पक्के कर रही है। माता कह रही है इतिहास दीआं पंक्तियां नूं असीं धारना दे रूप दे विच पढ़दे हां फिर बच्चियां ने जवाब देना। ओ सिर जावे ते धर्म ना हारियो माता कहिंदी पोतियां सिर जावे ते धर्म
रीत एम सीस जाए पर धर्म ना जाई। आखे माता गुजर कौर ने ये आखे माता गुजरी जिया ने वेखो एक परिवार दादी कह रही है हमरे वंश रीत इम आई सीस जाए पर धर्म ना जाई। ते दूजे पासे ने पोतरे पता की कहिंदे ख्याल करियो की कहिंदे ने पोतरे साहिबजादा जोरावर सिंह साहिबजादा बाबा फतेह सिंह जी की कहिंदे है कहिंदे है माता धन भाग हमारे माई माता धन भाग होणगे साडे धर्म हेत जे ए तन जाई। देखो परिवार का तालमेल विचार का मेल परिवार संभालना सीखना है ना ठंडे बुरज वाल जाती मार लई है। माता कह रही है सिर लग जावे धर्म नहीं जाना चाहिदा। साहिबजादे कहिंदे माता परवाह ना करी असी धन भाग समझांगे जे साडे शरीर धर्म दे कौम दे लेखे लग जाण। ओ जिंद लग जे धर्म दे लेखे धन भाग साडे दादीए जिंद लग जे धर्म दे लेखे धन भाग साडे दादीए साहबजादियों का जवाब है इतिहास लिखदा इतिहास धन भाग हमारे माई चारे पंक्तियां नूं इकट्ठा पढ़ लो। मां कहिंदी है दादी कहिंदी है माता गुजरी जी कहिंदी हमरे वंश रीत माई सीस जाए पर धर्म ना जाई। साहबजादे कहिंदे धन भाग हमारे माई धर्म हेत जे तन जाई। किड्डी वड्डी सिख्या दित्ती ते अगो साहबजादियां दा किड्डा दृढ़ जवाब है। एक दी उम्र है 7 वरे ते एक दी उम्र है 9 वरे किड्डा दृढ़ निश्चय है ते किड्डा जवाब है उन्होंने दस दिता सी। गुरु गोबिंद सिंह महाराज दे पुत्र गुरु गोबिंद सिंह महाराज 3 दिन कचहरियां च पेशियां 3 दिन कचहरियां दे विच सूबा हर प्रकार दे लालच दिंदा रहा हर प्रकार दे डर दिंदा रहा। जान तक जानो मारन तक दे लालच दिंदा रहा पर वो की कहंदे रहे सूबा कहंदा रहा ओ कानू जान गवाने हो बच्चे ओ मन लो मेरा कहना कानू जान गवाने हो बच्चे ओ मन लो मेरा कहना बच्चे ओ मन लो मेरा
ਆ ਕਹਿੰਦਾ ਸੂਬਾ ਇਹ ਕਹਿੰਦਾ ਸੁੱਚਾ ਆਨੰਦ ਤੇ ਸਾਹਿਬਜ਼ਾਦੇ ਕੀ ਕਹਿੰਦੇ ਹੈ ਕਹਿੰਦੇ ਕਹਿੰਦੇ ਹੈ ਸਰੀਰ ਨੇ ਤਾਂ ਇੱਕ ਦਿਨ ਜਾਣਾ ਹੀ ਜਾਣਾ ਹੈ ਜੇ ਤੇ ਤੇਰੇ ਮੁਸਲਮਾਨ ਬਣਿਆ ਮੌਤ ਨਾ ਆਉਂਦੀ ਹੋਵੇ ਫਿਰ ਤੇ ਅਸੀਂ ਤਿਆਰ ਹਾਂ ਤੇ ਜੇ ਮਰਨਾ ਹੀ ਮਰਨਾ ਹੈ ਤੇ ਫਿਰ ਸਮੇਂ ਦੀ ਦੂਰੀ ਘਟਾ ਦਿਓ ਕੀ 9 ਵਰੇ ਤੇ ਕੀ 90 ਵਰੇ ਕੀ 7 ਸਾਲ ਤੇ ਕੀ 70 ਸਾਲ ਜਦੋਂ ਜਾਣਾ ਹੀ ਜਾਣਾ ਹੈ ਤੇ ਫਿਰ ਕਿਉਂ ਨਾ ਕਿਉਂ ਨਾ ਧਰਮੀ ਬਣ ਕੇ ਮਰਿਆ ਜਾਵੇ ਸੈਂਕੜੇ ਵਰਿਆਂ ਦੀ ਉਮਰ ਨਾਲੋਂ ਉਹ ਇੱਕ ਪਲ ਚੰਗਾ ਹੈ ਜਿਹੜਾ ਸਤ ਸੰਗਤ ਗੁਰੂ ਵਾਲਾ ਬਣ ਕੇ ਜਿਉ ਲਿਆ ਹੈ ਸੈਂਕੜੇ ਸਾਲਾਂ ਦੀ ਉਮਰ ਕਹਿੰਦੇ ਯਾਦ ਰੱਖੀ ਵਜ਼ੀਰ ਖਾਂ ਅੱਜ ਤੇਰਾ ਰਾਜ ਹੈ ਤੇਰੀ ਸੈਨਾ ਹੈ ਪਰ ਇਹ ਰਾਜ ਗੱਦੀਆਂ ਕਦੇ ਕਿਸੇ ਦੀਆਂ ਨਹੀਂ ਹੋਈਆਂ ਉਹ ਕਾਨੂੰ ਜ਼ੁਲਮ ਕਮਾਉਣਾ ਏ ਜ਼ਾਲ ਮਹਾਰਾਜ ਸਦਾ ਨਹੀਂ ਰਹਿਣਾ ਜ਼ੁਲਮ ਕਮਾਉਣਾ ਏ ਜ਼ਾਲ ਮਹਾਰਾਜ ਸਦਾ ਨਹੀਂ ਰਹਿਣਾ ਸਾਹਿਬਜ਼ਾਦੇ ਆਖਦੇ ਕਿੱਡਾ ਦ੍ਰਿੜ ਨਿਸ਼ਚਾ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ ਤੇ ਸੱਚ ਜਾਣਿਓ ਇੱਕ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਹੀ ਸਮਾਪਤੀ ਕਰਾਂਗੇ ਅਜੇ ਨਹੀਂ ਅਖੀਰ ਦੇ ਵਿੱਚ ਤੁਹਾਡੇ ਨਾਲ ਉਹ ਵਿਚਾਰ ਸਾਂਝੀ ਕਰਾਂਗੇ ਦੁਨੀਆਂ ਦੇ ਹਰ ਇੱਕ ਪ੍ਰਕਾਰ ਦੇ ਲਾਲਚਾਂ ਨੂੰ ਠੋਕਰ ਮਾਰ ਦਿੱਤੀ ਕਿਸੇ ਪ੍ਰਕਾਰ ਦਾ ਡਰ ਕਹਿੰਦੇ ਵੇਖੋ ਨੀਹਾਂ ਚ ਕੰਧ ਵਿੱਚ ਚਿਣ ਦਿਆਂਗਾ ਕੰਧ ਵਿੱਚ ਨੀਹਾਂ ਵਿੱਚ ਕਹਿੰਦੇ ਜੋ ਮਰਜ਼ੀ ਤੇਰੇ ਚਿੱਤ ਵਿੱਚ ਆਉਂਦਾ ਹੈ ਤੂੰ ਆਪਣਾ ਹਰ ਹਰਬਾ ਹਰ ਹੀਲਾ ਵਰਤ ਲੈ ਤੇ ਅਸੀਂ ਵੀ ਦੱਸ ਦੇਵਾਂਗੇ ਕਿ ਸਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਭਾਵੇਂ ਸੂਬਿਆ ਤੂੰ ਨੀਹਾਂ ਚ ਚਿਣਾ ਦੇ ਆਸਾਨੀ ਤੇਰੀ ਮੰਨਣੀ ਭਾਵੇਂ ਸੂਬਿਆ ਤੂੰ ਨੀਹਾਂ ਚ ਚਿਣਾ ਦੇ ਆਸਾਨੀ ਤੇਰੀ
ਹਰ ਪ੍ਰਕਾਰ ਦਾ ਯਤਨ ਕਰ ਲਿਆ ਸਰਹੰਦ ਦੇ ਸੂਬੇ ਨੇ ਤੇ ਸਾਧ ਸੰਗਤ ਗੁਰੂ ਸਾਹਿਬ ਦੇ ਲਾਲ ਡੋਲੇ ਨੇ। ਅਖੀਰ ਬੜਾ ਦਰਦਨਾਕ ਸਾਕਾ ਹੈ ਜਿਹੜਾ ਹਰ ਇੱਕ ਹਿਰਦੇ ਨੂੰ ਝੰਜੋੜ ਜਾਂਦਾ। ਵੱਡੇ ਵੱਡੇ ਕਵੀਆਂ ਦੇ, ਵੱਡੇ ਵੱਡੇ ਦਾਨ ਸ਼ਮਿੰਦਾਂ ਦੇ, ਵੱਡੇ ਵੱਡੇ ਜਿਹੜੇ ਸਾਧ ਸੰਗਤ ਬੁੱਧੀਜੀਵੀ ਅਖਵਾਉਂਦੇ ਸਨ, ਜਦੋਂ ਸ਼ਹੀਦਾਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੜ੍ਹਦੇ ਸ਼ਰਧਾ ਦੇ ਨਾਲ ਸਿਰ ਚੁੱਕ ਜਾਂਦੇ। ਇੱਕ ਕਵੀ ਕਹਿੰਦਾ, ਜੇ ਇਸ ਕੌਮ ਕੇ ਬੱਚੇ ਯੂੰ ਦੇ ਸਕਤੇ ਹੈ ਬਲੀਦਾਨ, ਵਰਤਮਾਨ ਚਾਹੇ ਕੁਛ ਵੀ ਹੋ ਭਵਿਸ਼ ਹੈ ਮਹਾਨ। ਕਹਿੰਦਾ ਅੱਜ ਦਾ ਸਮਾਂ ਭਾਵੇਂ ਕਿਵੇਂ ਦਾ ਕੌਮ ਦਾ, ਉਹਦਾ ਆਉਣ ਵਾਲਾ ਸਮਾਂ ਬੜਾ ਮਹਾਨ ਹੈ। ਆਉਣ ਵਾਲਾ ਸਮਾਂ ਉਸੇ ਕੌਮ ਦਾ ਹੋਵੇਗਾ। ਆਖਿਰ 13 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਖਿਲਾਰਿਆ, ਜਲਾਦ ਸਮਾਣੇ ਦੇ ਚਿਣਦੇ ਆ ਨੀਹਾਂ ਗੋਡਿਆਂ ਤੱਕ ਜਦੋਂ ਆਈਆਂ ਨਾ, ਉੱਥੇ ਆ ਕੇ ਇੱਟ ਜਦੋਂ ਲੱਗਦੀ ਹੈ ਇੱਟ ਡਿੱਗ ਪੈਂਦੀ ਹੈ, ਗੋਡੇ ਦੀਆਂ ਚੱਪੜੀਆਂ ਹੁੰਦੀਆਂ। ਜਦੋਂ ਇੱਟ ਲੱਗਦੀ ਡਿੱਗ ਪੈਂਦੀ ਹੈ, ਉਹ ਕਾਰੀਗਰ ਜਦੋਂ ਇੱਟ ਲੱਗਿਆ ਨਾ ਘੜਨਾ, ਸਾਹਿਬਜ਼ਾਦੇ ਕਹਿਣ ਲੱਗੇ, ਕਹਿੰਦੇ ਇਹ ਸਿੱਖ ਰਾਜ ਦੀ ਨੀਂਹ ਰੱਖੀ ਜਾ ਰਹੀ ਹੈ, ਇਸ ਨੀਂਹ ਦੇ ਵਿੱਚ ਟੁੱਟੀ ਹੋਈ ਇੱਟ ਮਨਜ਼ੂਰ ਨਹੀਂ। ਇਹਦੇ ਵਿੱਚ ਟੁੱਟੀ ਹੋਈ ਇੱਟ ਪ੍ਰਵਾਨ ਨਹੀਂ। ਫਿਰ ਕਹਿੰਦੇ ਇੱਟ ਸਿੱਧੀ ਲੱਗਦੀ ਨੀ, ਸਾਹਿਬਜ਼ਾਦੇ ਕਹਿੰਦੇ ਇੱਟ ਨਾ ਤੋੜਿਓ, ਇੱਟ ਨਾ ਛਿੱਲਿਓ, ਇੱਟਾਂ ਦੀ ਬਜਾਏ ਸਾਡੇ ਗੋਡਿਆਂ ਦੀਆਂ ਚੱਪੜੀਆਂ ਛਿੱਲ ਦਿਓ। ਯੋਗੀ ਅੱਲਾ ਯਾਰ ਖਾਂ ਲਿਖਦਾ, ਇੱਕ ਮੁਸਲਮਾਨ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਕੇ ਚਲੇ ਹੈ, ਹਮ ਸਿੱਖੀ ਕੀ ਨੀਂਵ ਕੋ ਸਿਰੋਂ ਪਰ ਉਠਾ ਕੇ ਚਲੇ ਹੈ। ਅਖੀਰ ਨਿਓ ਉੱਚੀ ਹੁੰਦੀ ਜਾਂਦੀ ਹੈ, ਜਕਰੀਏ ਵਾਂਗੂ ਉਹ ਪਾਪੀ ਦਿਲ ਸਾਧ ਸੰਗਤ ਸੂਬਾ ਸਰਹੰਦ ਵਜ਼ੀਰ ਖਾਂ ਉੱਥੋਂ ਜਾਣ ਲੱਗਿਆ, ਤੁਰ ਗਿਆ ਵੇਖ ਨਾ ਸਕਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਆਪਣੇ ਧਰਮ ਦੇ ਵਿੱਚ ਸਿੱਖੀ ਸਿਦਕ ਦੇ ਵਿੱਚ ਪੱਕਿਆਂ ਰਹਿੰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਕੇ ਵਿਖਾ ਦਿੱਤੇ। ਹਰ ਇੱਕ ਜ਼ੁਲਮ ਤੋਂ ਬਾਅਦ ਰਾਜ ਪਲਟਿਆ। ਹਰਨਾਕਸ਼ ਨੇ ਜ਼ੁਲਮ ਕੀਤਾ, ਪਰਮਾਤਮਾ ਪ੍ਰਗਟ ਹੋਏ, ਹਰਨਾਕਸ਼ ਦਾ ਰਾਜ ਆਉਂਦਾ ਰਿਹਾ। ਰਾਵਣ ਨੇ ਜ਼ੁਲਮ ਕੀਤਾ ਤੇ ਉਹਦੇ ਰਾਜ ਦਾ ਖਤਮ ਹੋਣ ਦਾ ਕਾਰਨ ਬਣਿਆ। ਕੌਰਵਾਂ ਦਾ ਜ਼ੁਲਮ ਦ੍ਰੋਪਦੀ ਤੇ ਹੋਇਆ, ਉਹਨਾਂ ਦੇ ਰਾਜ ਦੇ ਪਤਨ ਦਾ ਕਾਰਨ ਬਣ ਗਿਆ। ਅੱਜ ਸਾਧ ਸੰਗਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੁਗਲ ਰਾਜ ਦੇ ਖਾਤਮੇ ਦਾ ਕਾਰਨ ਬਣੀ। ਬਾਬਾ ਬੰਦਾ ਸਿੰਘ ਬਹਾਦਰ ਐਸਾ ਤੂਫਾਨ ਫਿਰ ਚੜ੍ਹ ਕੇ ਆਇਆ ਪੰਜਾਬ ਦੇ ਵਿੱਚ, 5 ਤੀਰ ਤੇ 5 ਸਿੰਘ ਦੇ ਕੇ ਤੋਰਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹਨੇ ਫਿਰ ਚੁਣ ਚੁਣ ਕੇ ਸੋਧੇ। ਕੱਲ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਕੀਤਾ ਸੀ ਨਾ ਅਸੀਂ, ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਬੰਦਿਆ
ਮੇਰੇ ਸਾਹਿਬਜ਼ਾਦਿਆਂ ਦੇ ਕਾਤਲ ਨੂੰ ਬਾਦ ਵਿੱਚ ਜਾ ਕੇ ਫੜੀ। ਪਹਿਲਾਂ ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ, ਉਹਦੇ ਪੁੱਤਰਾਂ ਦੇ ਕਾਤਲਾਂ ਨੂੰ ਸਜ਼ਾ ਦੇਵੀ, ਸਰਹੰਦ ਵੱਲ ਮੂੰਹ ਬਾਦ ਵਿੱਚ ਕਰੀ। ਇਤਿਹਾਸ ਕਹਿੰਦਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸਡੌਰਾ ਥੇ ਕੀਤਾ, ਉਸਮਾਨ ਖਾਂ ਨੂੰ ਖਤਮ ਕੀਤਾ, ਤੇ ਉਦੋਂ ਵੱਲ ਉਦੋਂ ਬਾਅਦ ਜਾ ਕੇ ਸਰਹੰਦ ਵੱਲ ਮੂੰਹ ਕੀਤਾ। ਗੁਰੂਆਂ ਦੇ ਪਰਿਵਾਰ ਵੱਲ ਵੇਖ ਲਓ, ਤੇ ਦਾਦੀ ਦੀ ਗੱਲ। ਤੇ ਇੱਕ ਕੱਚੀ ਗੜੀ ਚਮਕੌਰ ਦੀ ਜਿੱਥੇ ਜੰਗ ਸੀ ਕਰਿਆ, ਕੱਲਾ ਕੱਲਾ ਸਿੱਖ ਸੀ, 1.25 ਲੱਖ ਨਾਲ ਲੜਿਆ। ਇੱਕ ਪਿਤਾ ਵੱਲ ਵੇਖ ਲਓ, ਆਪਣੇ ਪੁੱਤਰਾਂ ਨੂੰ ਰਣ ਤੱਤੇ ਦੇ ਵਿੱਚ ਤੋਰ ਰਿਹਾ। ਜੇ ਪਰਿਵਾਰ ਸੰਭਾਲਣਾ ਸਿੱਖਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵੱਲ ਵੇਖ ਲਓ, ਸਾਨੂੰ ਪਰਿਵਾਰ ਸਾਹਮਣੇ ਆ ਜਾਣਾ। ਗੁਰੂ ਗੋਬਿੰਦ ਸਿੰਘ ਦਿਆਂ ਲਾਲਾ ਨੇ, 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 ਗੋਬਿੰਦ ਸਿੰਘ ਦਿਆਂ ਲਾਲਾ ਨੇ, ਸਾਨੂੰ ਦੱਸਿਆ ਧਰਮ ਨਿਭਾਉਣਾ, ਗੁਰੂ ਗੋਬਿੰਦ ਸਿੰਘ ਦਿਆਂ ਲਾਲਾ ਨੇ, ਗੁਰੂ ਗੋਬਿੰਦ ਸਿੰਘ ਦਿਆਂ ਲਾਲਾ ਨੇ, ਫਿਰ ਜਾਵੇ ਲੱਖ ਵਾਰ ਜਾਵੇ, ਫਿਰ ਜਾਵੇ ਲੱਖ ਵਾਰ ਜਾਵੇ, ਉਹ ਸਿਰ ਜਾਂਦਾ ਲੱਖ ਵਾਰ ਜਾਵੇ, ਸਿਰ ਜਾਂਦਾ ਲੱਖ ਵਾਰ ਜਾਵੇ, ਇਹੋ ਜਿਹੇ ਸਾਧ ਸੰਗਤ ਦੰਭੀ ਪਖੰਡੀ ਕਲਗੀਧਰ ਪਾਤਸ਼ਾਹ ਦੀ ਕੀ ਬਰਾਬਰੀ ਕੀ ਰੀਸ ਕਰ ਸਕਦੇ। ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ, ਚੋਜ ਚੋਜੀ ਆ ਤੇਰੇ ਭੁੱਲਦੇ ਨੀ, ਛਤਰ ਧਾਰੀਆਂ ਦੇ ਸਿਰਾਂ ਦੇ ਛਤਰ ਲੱਖਾਂ, ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨੀ। ਇਹੋ ਜਿਹਾ ਮਹਾਨ ਗੁਰੂ ਤੇ ਸਾਧ ਸੰਗਤ, ਇਹੋ ਜਿਹੇ ਮਹਾਨ ਗੁਰੂ ਦੇ ਮਹਾਨ ਸਪੁੱਤਰ ਅਗਲੇ ਦਿਨਾਂ ਚ ਉਹਨਾਂ ਦੀ ਸ਼ਹਾਦਤ ਦੇ ਦਿਨ ਆਉਣੇ ਆ, ਸਾਰੀਆਂ ਸੰਗਤਾਂ ਨੇ ਜੋੜ ਮੇਲੇ ਮਨਾਉਣੇ ਆ। ਤੇ ਅੱਜ ਕੱਲ ਸਾਧ ਸੰਗਤ ਇਹਨਾਂ ਨੂੰ ਪਖੰਡੀਆਂ ਨੂੰ ਆਪਣਾ ਤੇ ਆਪਣਾ ਪਰਿਵਾਰ ਸੰਭਾਲਣ ਤੇ ਅੱਲਾ ਮਾਂ ਨੇ ਦਿੱਤੀ ਸਿੱਖਿਆ ਕਿ ਬੱਚਿਆ, ਜਿਸ ਦਿਨ ਆਪਾਂ ਮਿਲਣ ਜੋਗੇ ਹੋ ਗਏ ਨਾ, ਸਤਿਗੁਰੂ ਆਪ ਆ ਕੇ ਮਿਲੇਗਾ। ਪਿੰਡ ਦੇ ਲੋਕੀ ਮਖੌਲ ਕਰਦੇ, ਕਹਿੰਦੇ ਕੱਚਾ ਇਹਨਾਂ ਦਾ ਧਾਰਾ, ਕੱਚਾ ਇਹਨਾਂ ਦਾ ਘਰ, ਇਹਨਾਂ ਦੇ ਘਰੇ ਕਿਤੇ ਗੁਰੂ ਆਵੇਗਾ, ਇਹਨਾਂ ਦੇ ਘਰ ਕਦੇ ਗੁਰੂ ਆਵੇਗਾ।
ਇਹਨਾਂ ਨੂੰ ਕਦੇ ਗੁਰੂ ਮਿਲੂਗਾ? ਗੁਰੂ ਨੂੰ ਭਾਵੇਂ ਚਿੱਤ ਚੇਤਾ ਵੀ ਨਾ ਹੋਵੇ, ਇਹ ਇੱਥੇ ਭਗਤੀ ਦੇ ਵਿੱਚ ਲੀਨ ਹੋ ਕੇ ਮਾਈ ਜਵਾਨੀ ਤੋਂ ਬਿਰਧ ਅਵਸਥਾ ਤੱਕ ਪਹੁੰਚ ਗਈ, ਪੁੱਤਰ ਜਵਾਨ ਹੋ ਗਿਆ, ਅੱਜ ਤੱਕ ਤੇ ਗੁਰੂ ਇਹਦਾ ਆਇਆ ਨਾ। ਇਸ ਤਰ੍ਹਾਂ ਦੇ ਲੋਕਾਂ ਨੇ ਤਾਨੇ ਮਿਹਣੇ ਦੇਣੇ। ਪੁੱਤਰ ਖੇਤੋਂ ਆਉਂਦਾ ਹਲ ਚੁੱਕੀ, ਉਹਨਾਂ ਨੇ ਕਹਿਣਾ ਆ ਤੈਨੂੰ ਸਖੀ ਸਰਵਰ ਦੇ ਮੱਥਾ ਟਕਾ ਲਿਆਈਏ, ਆ ਤੂੰ ਦੀਵਾ ਬਾਲਿਆ। ਕਹਿਣ ਲੱਗਿਆ ਉਹਨੇ ਕਹਿਣਾ ਕਿ ਮੇਰਾ ਸਤਿਗੁਰ ਆਵੇਗਾ, ਉਹ ਇਹੋ ਜਿਹਾ ਗਿਆਨ ਦਾ ਦੀਵਾ ਬਾਲੇਗਾ ਜਨਮਾਂ ਜਨਮਾਂਤਰਾਂ ਦਾ, ਜਿਹੜਾ ਅੰਤ ਹੈ ਕਰਮ ਦੇ ਵਿੱਚ ਹਨੇਰਾ ਪਿਆ ਦੂਰ ਹੋ ਜਾਵੇਗਾ। ਮੇਰਾ ਗੁਰੂ ਆਵੇਗਾ, ਮੇਰਾ ਗੁਰੂ ਆਵੇਗਾ। ਕਹਿੰਦੇ ਉਹ ਕਦੋਂ ਆਵੇਗਾ, ਕਦੋਂ ਆਵੇਗਾ ਤੇਰਾ ਗੁਰੂ? ਤੇਰੀ ਮਾਂ ਉਡੀਕਦੀ ਕਾਲੇ ਵਾਲਾਂ ਤੋਂ ਚਿੱਟੇ ਸਿਰ ਦੇ ਵਾਲ ਹੋ ਗਏ, ਅਜੇ ਤੱਕ ਤੇਰਾ ਗੁਰੂ ਨਹੀਂ ਆਇਆ, ਕਦੋਂ ਆਵੇਗਾ? ਅੱਜ ਖੇਤ ਨੂੰ ਜਾਂਦਿਆਂ ਲੋਕਾਂ ਨੇ ਆਖਿਆ, ਅੱਜ ਹਲ ਵਾਹੁੰਦਿਆਂ ਵਾਹੁੰਦਿਆਂ ਧਿਆਨ ਜੁੜਿਆ ਗੁਰੂ ਚਰਨਾਂ ਦੇ ਨਾਲ, ਪੰਥ ਨਿਹਾਰੇ ਕਾਮ ਨੀ ਲੋਚਨ ਭਰੀ ਲਿਓ ਉਹ ਸਾਸਾ। ਗੁਰਸਿੱਖ ਦੀ ਭਾਈ ਪ੍ਰੀਤੀ ਇਹੋ ਜਿਹੀ ਹੋਣੀ ਚਾਹੀਦੀ ਹੈ। ਅੱਜ ਭਾਈ ਪੱਲੇ ਦੇ ਮਨ ਦੇ ਵਿੱਚ ਬਹੁਤੀ ਤਾਂਘ ਉੱਠੀ, ਅਰਦਾਸ ਕੀਤੀ ਅੱਜ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ, ਬਿਲਬ ਕਰੇ ਚਾਤਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਆ ਜਾ ਮੇਰੇ ਸਤਿਗੁਰੂ ਡੀਕਾ ਮੈਨੂੰ ਤੇਰੀਆਂ, ਆ ਜਾ ਮੇਰੇ ਸਤਿਗੁਰੂ ਡੀਕਾ ਮੈਨੂੰ ਤੇਰੀਆਂ, ਤੇ ਸਾਧ ਸੰਗਤ ਅੱਜ ਛੇਵੇਂ ਪਾਤਸ਼ਾਹ 25 ਸਿੱਖਾਂ ਦੇ ਸਮੇਤ ਅਰਦਾਸ ਤੇ ਰੋਜ਼ ਹੀ ਗੁਰੂ ਤਾਂ ਕੱਪੜਦੇ ਸੀਗੇ, ਤੇ ਸਤਿਗੁਰੂ ਦੀ ਕੋਈ ਪਰਖ ਕੋਈ ਪ੍ਰੀਖਿਆ ਹੁੰਦੀ ਹੈ। ਅੱਜ ਜਦੋਂ ਬਹੁਤਾ ਬੇਬਲ ਹੋਇਆ ਸਿੱਖ, 25 ਸਿੱਖਾਂ ਦੇ ਜਥੇ ਦੇ ਸਮੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਖੇਤ ਦੇ ਵਿੱਚ ਆ ਕੇ ਭਾਈ ਪੱਲੇ ਦੇ ਸਾਹਮਣੇ ਖਲੋ ਜਾਂਦੇ। ਬੈਠਾ ਹੈ ਅੱਖਾਂ ਬੰਦ ਕਰੀ,
ਤੇ ਸਾਧ ਸੰਗਤ ਗੁਰੂ ਸਾਹਿਬ ਆ ਕੇ ਜਦੋਂ ਖਲੋਂਦੇ ਘੋੜੇ ਤੋਂ ਉਤਰਦੇ ਸਾਹਮਣੇ ਖਲੋ ਜਾਂਦੇ ਹੈ ਸਿੱਖ ਦੇ ਸਿਰ ਤੇ ਹੱਥ ਰੱਖਦੇ ਭਾਈ ਪੱਲੇ ਦੇ ਤੇ ਆਖਦੇ ਨੇ ਅੱਖਾਂ ਖੋਲ ਤੇ ਅੱਖਾਂ ਖੋਲ ਕੇ ਸਾਹਮਣੇ ਵੇਖਦਾ ਹੈ ਕਹਿਣ ਲੱਗਾ ਹੈ ਤੇ ਉਹ ਹੀ ਨਿਸ਼ਾਨੀਆਂ ਨੇ ਜਿਹੜੀਆਂ ਮੇਰੀ ਮਾਂ ਨੇ ਦੱਸੀਆਂ ਸਨ ਇਹੋ ਹੀ ਹੈ ਮੇਰਾ ਸਤਿਗੁਰੂ ਆਲੇ ਦੁਆਲੇ ਵੇਖਿਆ 25 ਸਿੱਖ ਗੁਰੂ ਸਾਹਿਬ ਦੇ ਨਾਲ ਸ਼ਸਤਰਧਾਰੀ ਇਹ ਤੇ ਉਹੀ ਮੇਰਾ ਸਤਿਗੁਰੂ ਹੈ ਤੇ ਫਿਰ ਯਾਦ ਆਇਆ ਉੱਠਿਆ ਮਾਂ ਕਹਿੰਦੀ ਸੀ ਗੁਰੂ ਨੇ ਬਹੁਤਾ ਚਿਰ ਖਲੋਣਾ ਨਹੀਂ ਮਨਾ ਕਿਤੇ ਉਹ ਨਾ ਹੋਵੇ ਗੁਰੂ ਸਾਹਿਬ ਚਲੇ ਜਾਣ ਤੂੰ ਮੱਥਾ ਟੇਕਣ ਤੇ ਵਾਂਝਾ ਰਹਿ ਜੇ ਕਈ ਚਿਰਾਂ ਤੋਂ ਜਿਹੜਾ 125 ਤੇ ਗੁੜ ਦੀ ਰੋੜੀ ਪੱਲੇ ਬੰਨੀ ਸੀ ਨਾ ਕਾਲੀ ਕਾਲੀ ਦੇ ਨਾਲ ਖੋਲੀ ਸਾਧ ਸੰਗਤ ਗੁਰੂ ਸਾਹਿਬ ਦੇ ਚਰਨਾਂ ਚ ਰੱਖ ਕੇ ਮੱਥਾ ਟੇਕਣ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਪੱਲਿਆ ਤੈਨੂੰ ਬਹੁਤੀ ਕਾਲੀ ਲੱਗਦੀ ਹੈ ਕਹਿਣ ਲੱਗਾ ਸੱਚੇ ਪਾਤਸ਼ਾਹ ਸਾਰੇ ਪੀਰਾਂ ਨੂੰ ਮਿਲ ਜਾਂਦੇ ਫਕੀਰਾਂ ਨੂੰ ਮਿਲ ਜਾਂਦੇ ਅਸੀਂ ਕਦੇ ਕਿਤੇ ਗਏ ਨਹੀਂ ਤੁਹਾਡੇ ਪਹਿਲੀ ਵਾਰ ਦੀਦਾਰ ਹੋ ਰਹੇ ਹੈ ਮਾਂ ਕਹਿੰਦੀ ਸੀ ਗੁਰੂ ਸਾਹਿਬ ਜਦੋਂ ਆਏ ਉਹਨਾਂ ਨੇ ਬਹੁਤਾ ਚਿਰ ਖਲੋਣਾ ਨਹੀਂ ਤੇ ਮੇਰੇ ਸਤਿਗੁਰੂ ਨੂੰ ਕੰਮ ਬਹੁਤੇ ਹੈ ਥੰਮੇ ਨਾ ਕੋਈ ਸਾਧ ਬਿਨ ਸਾਧ ਨਾ ਦਿਸੈ ਜੱਗ ਵਿੱਚ ਕੋਆ ਮੇਰੇ ਸਤਿਗੁਰੂ ਨੂੰ ਕੰਮ ਬਹੁਤੇ ਹੈ ਇਸ ਕਰਕੇ ਮਹਾਰਾਜ ਮੈਂ ਤਾਂ ਕਾਲੀ ਕਾਲੀ ਆਪ ਜੀ ਨੂੰ ਮੱਥਾ ਟੇਕਦਾ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਿੱਖਾ ਕਾਲੀ ਨਾ ਕਰ ਤੇਰੇ ਘਰ ਜਾਵਾਂਗੇ ਘਰ ਜਾ ਕੇ ਬੈਠਾਂਗੇ ਤੇਰੇ ਘਰ ਪ੍ਰਸ਼ਾਦਾ ਛਕਾਂਗੇ ਕਹਿਣ ਲੱਗਾ ਸੱਚੇ ਪਾਤਸ਼ਾਹ ਸੱਚ ਹੈ ਤੁਸੀਂ ਸਾਡੇ ਘਰ ਚੱਲੋਗੇ ਮਹਾਰਾਜ ਕਹਿੰਦੇ ਹਾਂ ਸਾਡੇ ਘਰ ਪ੍ਰਸ਼ਾਦਾ ਛਕੋਗੇ ਸਤਿਗੁਰੂ ਕਹਿੰਦੇ ਹਾਂ ਫਿਰ ਚਾ ਚੁੱਕਿਆ ਨਾ ਗਿਆ ਕਹਿਣ ਲੱਗਾ ਮਹਾਰਾਜ ਘੋੜੇ ਮੇਰੇ ਮਗਰ ਮਗਰ ਤੋਰ ਲਓ ਮੂਹਰੇ ਮੂਹਰੇ ਭਾਈ ਪੱਲਾ ਭੱਜਿਆ ਜਾਂਦਾ ਪੱਲਾ ਫੇਰਦਾ ਜਾਂਦਾ ਕਹਿੰਦਾ ਲੋਕੋ ਪਿੰਡ ਵਾਲੇ ਤੁਸੀਂ ਕਹਿੰਦੇ ਸੀ ਤੁਹਾਡਾ ਗੁਰੂ ਆਉਣਾ ਨਹੀਂ ਵੇਖੋ ਮੇਰਾ ਗੁਰੂ ਆ ਗਿਆ ਮੇਰੇ ਘਰ ਪ੍ਰਸ਼ਾਦਾ ਛਕੇਗਾ ਇਸ ਤਰ੍ਹਾਂ ਚਾਹ ਦੇ ਵਿੱਚ ਮਸਤਾਨਾ ਹੋਇਆ ਆਵਾਜ਼ਾਂ ਮਾਰਦਾ ਆ ਜਾਓ ਵੇਖ ਲਓ ਆ ਕੇ ਤੇ ਘਰੇ ਅੱਪੜ ਗਿਆ ਆਪਣੀ ਮਾਂ ਨੂੰ ਕਹਿੰਦਾ ਮਾਤਾ ਜਿਸ ਸਤਿਗੁਰੂ ਦੀਆਂ ਉਡੀਕਾਂ ਕਰਦੇ ਆ ਉਮਰ ਲੰਘਾ ਦਿੱਤੀ ਅੱਜ ਉਹ ਸਤਿਗੁਰੂ ਆਏ ਨੇ ਤੇ ਤੂੰ ਕਹਿੰਦੀ ਸੀ ਬਹੁਤੀ ਕਾਲੀ ਹੋਵੇਗੀ ਉਹਨਾਂ ਨੂੰ ਉਹ ਤੇ ਆਪਣੇ ਘਰ ਪ੍ਰਸ਼ਾਦਾ ਛੱਕ ਕੇ ਜਾਣਗੇ ਤੂੰ ਛੇਤੀ ਪ੍ਰਸ਼ਾਦਾ ਤਿਆਰ ਕਰ ਮਾਂ ਕਹਿੰਦੀ ਹੈ ਪਹਿਲਾਂ ਮੈਂ ਪ੍ਰਸ਼ਾਦਾ ਤਿਆਰ ਕਰਾਂ ਜਾਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਕਹਿਣ ਲੱਗਾ ਵੇਖ ਮਾਤਾ ਗੁਰੂ ਸਾਹਿਬ ਘੋੜੇ ਤੋਂ ਉਤਰ ਰਹੇ ਹੈ ਤੇ ਤੂੰ ਦੂਰੋਂ ਦਰਸ਼ਨ ਕਰ ਪਹਿਲਾਂ ਅੰਦਰ ਜਾ ਕੇ ਖਾਣ ਪਾਣ ਦਾ ਪ੍ਰਬੰਧ ਕਰ ਫਿਰ ਸਮੇਤ ਪ੍ਰਸ਼ਾਦੇ ਦੇ ਆ ਕੇ ਗੁਰੂ ਸਾਹਿਬਾਂ ਨੂੰ ਨਮਸਕਾਰ ਕਰੀ ਉਹ ਮੇਰੇ ਘਰ ਸਤਿਗੁਰ ਨੇ ਆਉਣਾ ਮੈਂ ਪ੍ਰਸ਼ਾਦ ਛਕਾਵਾਂਗਾ ਮੇਰੇ ਘਰ ਸਤਿਗੁਰ ਨੇ ਆਉਣਾ ਮੈਂ ਪ੍ਰਸ਼ਾਦ ਛਕਾਵਾਂਗਾ ਮੇਰੇ ਘਰ ਸਤਿਗੁਰ ਨੇ ਆਉਣਾ ਮੈਂ ਪ੍ਰਸ਼ਾਦ ਛਕਾਵਾਂਗਾ ਮੇਰੇ ਘਰ ਸਤਿਗੁਰ ਨੇ ਆਉਣਾ ਮੈਂ ਪ੍ਰਸ਼ਾਦ ਛਕਾਵਾਂਗਾ
इस तरह साध संगत गुरु साहब अंदर लंघ आउंदे आ। सब तो जिहड़ा चंगा कपड़ा